ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਹਿਲਾਂ ਦੱਸੋ, ਅੱਜ ਕੱਲ ਰਵਨੀਤ ਸਿੰਘ ਬਿੱਟੂ ਜਿਹੜੇ ਕੇਂਦਰੀ ਰਾਜ ਮੰਤਰੀ ਨੇ, ਲਗਾਤਾਰ ਬਿਆਨ ਦੇ ਰਹੇ ਨੇ ਤੇ ਬਿਆਨ ਵੀ ਵਿਵਾਦਤ ਦੇ ਰਹੇ ਨੇ। ਔਰ ਅੱਜ ਕੱਲ ਉਹ ਕਿਸਾਨਾਂ ਦੇ ਮਗਰ ਪਏ ਨੇ, ਕਦੇ ਤਾਲਬਾਨ ਦੱਸਦੇ ਨੇ, ਕਦੇ ਕੁਛ ਦੱਸਦੇ ਨੇ। ਆ ਜਿਹੜੀ ਉਹਨਾਂ ਨੇ ਬਿਆਨ ਦਿੱਤਾ ਹੈ, ਮੁਕਤਸਰ ਸਾਹਿਬ ਗੁਰਦੁਆਰਾ ਟੁੱਟੀ ਗੱਡੀ ਤੋਂ ਜਦੋਂ ਆਏ ਬਾਹਰ ਤੇ ਇੱਥੇ ਪੱਤਰਕਾਰਾਂ ਨਾਲ ਗੱਲ ਕੀਤੀ ਤੇ ਕਹਿਣ ਲੱਗੇ ਕਿ ਜਿਹੜੇ ਕਿਸਾਨ ਲੀਡਰ ਨੇ ਨਾ, ਇਹਨਾਂ ਨੇ ਜਿਵੇਂ ਪੈਸਾ ਬਣਾਇਆ, ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ, ਜਿੰਨੀ ਪ੍ਰਾਪਰਟੀ ਬਣਾਈ ਹੈ ਇਹਨਾਂ ਦੀ, ਉਹਦੀ ਜਾਂਚ ਕਰਾਉਣੀ ਹੈ ਅਸੀਂ, ਬਸ ਜ਼ਿਮਨੀ ਚੋਣਾਂ ਨਿਕਲ ਜਾਣ, ਇਹ ਉਹਨਾਂ ਨੇ ਕਿਹਾ। ਤੇ ਨਾਲ ਇਹ ਵੀ ਕਿਹਾ ਕਿ ਜਿਹੜੇ ਆਮ ਕਿਸਾਨ ਨੇ ਉਹ ਤਾਂ ਭਾਰਤੀ ਜਨਤਾ ਪਾਰਟੀ ਨਾਲ ਨੇ, ਔਰ ਇਹ ਜੋ ਲੀਡਰ ਨੇ ਨਾ, ਇਹੀ ਪ੍ਰੋਟੈਸਟ ਕਰ ਰਹੇ ਨੇ। ਬਾਕੀ ਉਹਨਾਂ ਨੇ ਕਹਿੰਦੇ ਇਹ ਜਿਹੜੇ ਕਿਸਾਨ ਲੀਡਰ ਨੇ, ਇਹ ਕਿਸਾਨ ਕਿੱਥੇ ਨੇ, ਇਹ ਤਾਂ ਆੜ੍ਹਤੀਏ ਨੇ, ਇਹ ਤਾਂ ਸੈਲਰ ਮਾਲਕ ਨੇ। ਤੇ ਦੂਜੇ ਪਾਸੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵੀ ਕਿਹਾ ਕਿ ਲਿਫਟਿੰਗ ਹੋ ਨਹੀਂ ਰਹੀ, ਔਰ ਝੋਨਾ ਚੱਕਿਆ ਨਹੀਂ ਜਾ ਰਿਹਾ, ਤੇ DAP ਮਿਲ ਨਹੀਂ ਰਹੀ। ਯਾਨੀ ਜਿਹੜੀਆਂ ਗੱਲਾਂ ਕਿਸਾਨ ਇਹਨਾਂ ਦੇ ਸਿਰ ਵੜਦੇ ਨੇ, ਉਹੀ ਬੋਲ ਕੇ ਉਹਨਾਂ ਕੋਲ ਕਹਿੰਦਾ ਕਿਸਾਨਾਂ ਕੋਲ ਟਾਈਮ ਕਿੱਥੇ, ਕਿਸਾਨ ਤਾਂ ਮੰਡੀਆਂ ਚ ਰੁੜ ਰਹੇ ਨੇ। ਇਹ ਜੋ ਕਰ ਰਹੇ ਨੇ, ਇਹ ਧਰਨੇ ਦੇਣ ਵਾਲੇ ਹੋਰ ਨੇ। ਇਹੀ ਜੀ ਗੱਲ ਉਹਨਾਂ ਨੇ ਕਰਕੇ ਸਿੱਧਾ ਕਿਸਾਨ ਆਗੂਆਂ ਤੇ, ਉਹਨਾਂ ਦੀ ਇਮਾਨਦਾਰੀ ਤੇ ਸਿੱਧਾ ਪ੍ਰਹਾਰ ਕੀਤਾ, ਹਮਲਾ ਕੀਤਾ, ਔਰ ਇਹ ਕਿਹਾ ਕਿ ਅਸੀਂ ਜਿਹੜਾ ਹੈ ਜਾਂਚ ਕਰਾਵਾਂਗੇ। ਹੁਣ ਸਵਾਲ, ਬਾਕੀ ਗੱਲਾਂ ਬਹੁਤ ਹੋਈ, ਸਰਬਜੀਤ ਸਿੰਘ ਬਧੇਰ ਨੇ ਕੀ ਕਿਹਾ, ਜੋਗਿੰਦਰ ਸਿੰਘ ਅਗਰਾਹ ਨੇ ਕੀ ਕਿਹਾ, ਇਹ ਸਾਰੀਆਂ ਗੱਲਾਂ ਸਭ ਨੇ ਵਿਰੋਧ ਕੀਤਾ। ਆਮ ਆਦਮੀ ਪਾਰਟੀ ਨੇ ਵੀ ਇਹਦਾ ਵਿਰੋਧ ਕੀਤਾ, ਉਹਨਾਂ ਦੇ ਜਿਹੜੇ ਬੁਲਾਰੇ ਨੀਲ ਗਰਗ ਨੇ, ਇਹ ਸਾਰੀਆਂ ਗੱਲਾਂ ਕੀਤੀਆਂ ਵੀ ਗਲਤ ਕਹਿ ਰਹੇ ਨੇ। ਮੈਂ ਇਸ ਗੱਲ ਦੇ ਵਿੱਚ ਬਿਲਕੁਲ ਨਹੀਂ ਪੈਣਾ, ਕਿਉਂਕਿ ਕਿਸਾਨਾਂ ਨੇ, ਕਿਸਾਨ ਆਗੂਆਂ ਨੇ ਤਾਂ ਵਿਰੋਧ ਕਰਨਾ ਹੀ ਸੀ। ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਕਿ ਕੋਈ ਇਹ ਕਿਤੇ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਤਾਂ ਨਹੀਂ ਹੈ, ਕਿਉਂਕਿ ਪਹਿਲੀ ਵਾਰ ਨਹੀਂ ਤਾਂ ਚੋਣ ਚੱਲਦੀ ਹੋਵੇ, ਉਸ ਚੱਲਦੀ ਚੋਣ ਚ ਇਹ ਉਸੇ ਕੰਸਟੀਚੁਏਸ਼ਨ ਚ ਜਿੱਥੇ ਮਨਪ੍ਰੀਤ ਬਾਦਲ ਖੜਾ ਜੀ ਦੀ ਸਪੋਰਟ ਤੇ ਗਏ ਹੋਏ ਨੇ, ਉਹਨੂੰ ਇਹ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਕਿਸਾਨਾਂ ਦੀ ਇਹ ਗੱਲ ਕਰਕੇ। ਕਿਸਾਨ ਆਗੂਆਂ ਬਾਰੇ ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਇਹ ਲੱਗਦੀ ਹੈ ਕਿ ਇਹਨਾਂ ਨੂੰ ਦੋ ਫਾੜ, ਪਹਿਲੇ ਹੀ ਉਹ ਤਾਂ ਵੈਸੇ ਕਿਸਾਨਾਂ ਚ ਏਕਤਾ ਤਾਂ ਹੈ ਨਹੀਂ, ਜਿਹੜੀਆਂ ਦੋ ਜਥੇਬੰਦੀਆਂ ਸ਼ੰਭੂ ਬਾਰਡਰ ਤੇ ਗਨੌਰੀ ਬੈਠੇ ਸੀ, ਉਹ ਵੀ ਆਪਸ ਚੋਣ ਤੇ ਇੱਕ ਨਹੀਂ, ਤੋ ਏਕਤਾ ਤਾਂ ਹੈ ਨਹੀਂ। ਹੁਣ ਉਹ ਕਿਸਾਨ ਲੀਡਰ ਔਰ ਕਿਸਾਨ ਜਿਹੜੇ ਆਮ ਕਿਸਾਨ ਨੇ, ਉਹਨਾਂ ਚ ਕੋਈ ਪਾੜਾ ਪਾਉਣਾ ਚਾਹੁੰਦੇ ਨੇ, ਯਾਨੀ ਜਿਵੇਂ ਹਰਿਆਣਾ ਚ ਹੋਇਆ ਉਵੇਂ ਕਰਨਾ ਚਾਹੁੰਦੇ ਨੇ। ਹਰਿਆਣਾ ਚ ਕੀ ਹੋਇਆ ਤੁਹਾਨੂੰ ਯਾਦ ਹੋਊਗਾ, ਹਰਿਆਣਾ ਦੀ ਚੋਣ ਚ ਮਨੋਹਰ ਲਾਲ ਖੱਟਰ ਨੇ ਇੱਕ ਵਾਰ ਨੀ, ਦੋ ਵਾਰ ਨੀ, ਤਿੰਨ ਵਾਰ ਬਿਆਨ ਦਿੱਤਾ ਸੀ ਕਿ ਉੱਥੇ ਜਿਹੜੇ ਸ਼ੰਭੂ ਬੈਠੇ ਨੇ ਉਹ ਕਿਸਾਨ ਨਹੀਂ ਬੈਠੇ, ਸਿਰਫ ਇਹਨਾਂ ਦੇ ਲੀਡਰ ਬੈਠੇ ਨੇ। ਤੋ ਨਾਲ ਇਹਨਾਂ ਨੇ ਇਹ ਵੀ ਕਿਹਾ ਸੀ ਕਿ ਇਹ ਇਹਨਾਂ ਦਾ ਤੁਸੀਂ ਲੋਕਾਂ ਦਾ ਵਿਰੋਧ ਵੱਧ ਰਿਹਾ, ਯਾਨੀ ਇੱਕ ਕਿਸਮ ਦਾ ਲੋਕਾਂ ਨੂੰ ਉਹਨਾਂ ਨੇ ਉਕਸਾਇਆ ਸੀ ਕਿ ਰਸਤਾ ਰੋਕੀ ਬੈਠੇ ਨੇ ਲੋਕ, ਵਪਾਰੀ ਬੜੇ ਦੁਖੀ ਨੇ, ਤੋ ਵਪਾਰੀਆਂ ਨਾਲ ਆਮ ਲੋਕਾਂ ਨੇ ਵੀ ਪਾੜਾ ਵਧਾਉਣਾ ਚਾਹੁੰਦੇ ਸੀ ਖੱਟਰ ਸਾਹਿਬ। ਉਹੀ ਰਣਨੀਤੀ ਪੰਜਾਬ ਚ ਲੱਗਦੀ ਹੈ ਕਿ ਇਹ ਕਿਸਾਨਾਂ ਦੇ ਵਿਰੁੱਧ, ਕਿਸਾਨ ਲੀਡਰਾਂ ਦੇ ਵਿਰੁੱਧ ਇੱਕ ਮਾਹੌਲ ਤਿਆਰ ਕਰਨਾ ਚਾਹੁੰਦੇ ਨੇ।
ਔਰ ਆਮ ਲੋਕਾਂ ਨੂੰ ਨਾਲ ਆਹਵਾਨਾਂ ਨੂੰ ਨਾਲ ਲਾਉਣਾ ਚਾਹੁੰਦੇ ਨੇ, ਸ਼ਾਇਦ ਇਸੇ ਰਣਨੀਤੀ ਨਾਲ ਬਿਆਨ ਹੈ ਜਾਂ ਕਿਉਂ ਬਿਆਨ ਦਿੱਤਾ ਹੈ ਇਸ ਇਹ ਬਿਆਨ ਨੂੰ ਡਿਸਆਨ ਨਹੀਂ ਕੀਤਾ ਜਨਤਾ ਪਾਰਟੀ ਨੇ, ਇਹ ਵੀ ਇੱਕ ਵੱਡਾ ਸਵਾਲ ਹੈ, ਕਿਤੇ ਨਹੀਂ ਕਿਹਾ ਕਿ ਬਿਆਨ ਸਾਡਾ ਨਹੀਂ, ਹਾਲਾਂਕਿ ਜਿਹੜੀ ਅਫੀਮ ਦੇ ਬਾਰੇ ਬਿਆਨ ਦਿੱਤਾ ਹੈ ਉਹ ਹਰਜੀਤ ਗਰੇਵਾਲ ਨੂੰ ਪਤਾ ਹੈ, ਲੇਕਿਨ ਇਸ ਬਿਆਨ ਨੂੰ ਕਿਸੇ ਨੇ ਕੰਟਰਡਿਕਟ ਨਹੀਂ ਕੀਤਾ। ਕਿਸਾਨ ਜ਼ਰੂਰ ਕਰ ਰਹੇ ਨੇ, ਉਹ ਤਾਂ ਇਹ ਕਹਿ ਰਹੇ ਨੇ ਇਹ ਤਾਂ ਮੇਲ ਕਗੜਾ ਰੋ ਤਾਂ ਜੋ ਦਿਲ ਚਾਹੁੰਦਾ ਕਹੀ ਜਾਂਦੇ ਨੇ, ਜੋ ਮੂੰਹ ਚਾਹੁੰਦੇ ਨੇ ਜੋ ਵੀ ਹੈ, ਇਹ ਤੇ ਅੱਜ ਆਪਾਂ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਜਿਹੜੇ ਮਹਿਮਾਨ ਸਾਡੇ ਨਾਲ ਇਸ ਵੇਲੇ ਜੁੜੇ ਨੇ ਉਹਨਾਂ ਦੇ ਵਿੱਚ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਦਿਲਬਾਗ ਸਿੰਘ ਵਿਰਕ ਸਾਹਿਬ ਨੇ, ਐਡਵੋਕੇਟ ਜਗਮੀਤ ਸਿੰਘ ਢਿੱਲੋਂ ਸਾਹਿਬ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਇਸ ਡਿਬੇਟ 'ਚ ਕਰ ਰਹੇ ਨੇ, ਕੁਲਵਿੰਦਰ ਸਿੰਘ ਬਰਾੜ ਸਾਹਿਬ ਆਮ ਆਦਮੀ ਪਾਰਟੀ ਵੱਲੋਂ ਸ਼ਾਮਲ ਨੇ, ਸਤਪਾਲ ਸਿੰਘ ਸਿੱਧੂ ਸਾਹਿਬ ਅੱਜ ਕਿਸਾਨ ਦੇ ਤੌਰ ਤੇ ਸਾਡੇ ਨਾਲ ਸ਼ਾਮਲ ਨੇ, ਵੈਸੇ ਇਹ ਸਾਬਕਾ ਵੱਡੇ ਉੱਚ ਅਧਿਕਾਰੀ ਰਹੇ ਨੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੇ ਕਿਸਾਨਾਂ ਦੇ ਵਕੀਲ ਵਜੋਂ ਸਾਡੇ ਨਾਲ ਸ਼ਾਮਲ ਨੇ ਪ੍ਰਭਜੀਤ ਪਾਲ ਸਿੰਘ, ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਪ੍ਰਭਜੀਤ ਪਾਲ, ਇਹ ਕਿਸਾਨ ਆਗੂਆਂ ਤੇ ਸਿੱਧੇ ਉਹਨਾਂ ਦੀ ਇਮਾਨਦਾਰੀ ਤੇ ਸ਼ੱਕ ਹੈ, ਉਹਦਾ ਕਾਰਨ ਕਿਸਾਨਾਂ ਦੀ ਆਪਦੀ ਫੁੱਟ ਵੀ ਹੈ, ਕਿਉਂਕਿ ਕਿਸਾਨ ਵੀ ਆਪ ਇੱਕ ਦੂਜੇ ਨੂੰ ਕਹਿੰਦੇ ਨੇ ਜੀ ਇਹਨੇ ਕਰੋੜਾਂ ਖਾ ਲਏ ਨੇ, ਹਿਸਾਬ ਨਹੀਂ ਦਿੱਤਾ, ਅੰਦੋਲਨ ਤੋਂ ਬਾਅਦ ਇਸ ਕਿਸਮ ਦਾ ਰੌਲਾ ਵੀ ਪਿਆ ਸੀ, ਕੀ ਕਹੋਗੇ? ਵਾਲੀਆ ਸਾਹਿਬ, ਜਿਹੜਾ ਕਿਸਾਨੀ ਦਾ ਖੇਤਰ ਹੈ ਉਹ ਬਹੁਤ ਵੱਡਾ ਇੱਕ ਸੈਕਟਰ ਹੈ। ਜੇ ਇਹਨੂੰ ਭਾਵੇਂ ਆਰਥਿਕ ਪੱਖੋਂ ਵੇਖ ਲਈਏ, ਭਾਵੇਂ ਰੁਜ਼ਗਾਰ ਪੱਖੋਂ ਵੇਖ ਲਈਏ, ਤੇ ਇਸ ਤੇ ਗੱਲ ਕੋਈ ਨਹੀਂ ਕਰ ਰਿਹਾ ਤੇ ਨਾ ਹੀ ਕਿਸਾਨਾਂ ਦੀ ਗੱਲ ਕਰਨ ਵਾਲਾ ਕੋਈ ਸੈਕਟਰ ਹੈ। ਜੇ ਆਪਾਂ ਗੱਲ ਕਰੀਏ ਕਾਰਪੋਰੇਟ ਦੀ, ਉਹਨਾਂ ਕੋਲ ਵੱਡੇ ਵੱਡੇ ਦਿਮਾਗ ਵਾਲੇ ਬੰਦੇ ਨੇ, ਉਹਨਾਂ ਦੇ MLA ਵੀ, ਉਹਨਾਂ ਦੇ MP ਵੀ, ਉਹਨਾਂ ਦੇ ਜਿਹੜੇ ਹਰ ਥਾਂ ਦੇ ਉਹ ਕਾਰਪੋਰੇਟ ਦੀ ਗੱਲ ਕਰਦੇ ਨੇ, ਔਰ ਕਿਸਾਨਾਂ ਦੀ ਗੱਲ ਅੱਜ ਕੋਈ ਨਹੀਂ ਕਰਦਾ। ਔਰ ਜਿਹੜੇ ਬਿੱਟੂ ਵਰਗੇ ਰਾਜਨੀਤਿਕ ਲੋਕ ਨੇ, ਇਹ ਹਮੇਸ਼ਾ ਹੀ ਆਪਣੀ ਸੱਤਾ ਤੇ ਰਹਿਣ ਬਾਰੇ, ਕੁਰਸੀ ਬਾਰੇ, ਔਰ ਕਿਵੇਂ ਇਹਨਾਂ ਨੇ ਸੁਰਖੀਆਂ 'ਚ ਰਹਿਣਾ ਹੈ, ਕਿਵੇਂ ਤਾਕਤ ਲੈਣੀ ਹੈ, ਸਿਰਫ ਇਸ ਗੱਲ ਵੱਲ ਇਹਨਾਂ ਦਾ ਧਿਆਨ ਹੁੰਦਾ ਹੈ। ਔਰ ਇਹ ਜਿਹੜੀ ਘਟੀਆ ਕਿਰਦਾਰ ਖੁਸ਼ੀ ਵਾਲੀ ਰਾਜਨੀਤੀ ਕਰਨੀ ਇਹਨਾਂ ਦਾ ਪੇਸ਼ਾ ਬਣ ਚੁੱਕਾ ਹੈ। ਹੁਣ ਜੇ ਆਪਾਂ ਗੱਲ ਕਰ ਲਈਏ, ਇਹਨਾਂ ਨੇ ਪਿੱਛੇ ਜੇ ਤਾਲੀ ਹਰੇਕ ਕਿਸਾਨ ਨੂੰ ਇਹ ਹੁਣ ਤਾਲੀਬਾਨ ਦੱਸਦੇ ਨੇ ਵੀ ਕਿਸਾਨ ਦਾ ਤਾਲੀਬਾਨ ਨੇ, ਇਹ ਹਰ ਥਾਂ ਦੇ ਧਰਨੇ ਲਾਉਂਦੇ ਨੇ, ਰਸਤੇ ਰੋਕਦੇ ਨੇ। ਮੈਂ ਪੁੱਛਣਾ ਚਾਹੁੰਦਾ ਬਿੱਟੂ ਜੀ ਨੂੰ, ਜਦੋਂ ਪਿਛਲੀ ਵਾਰੀ ਇਹ ਕਾਂਗਰਸ ਸੀ ਤੇ ਉਦੋਂ ਦਿੱਲੀ ਧਰਨੇ ਤੇ ਕਿਸਾਨਾਂ ਦੇ ਨਾਲ ਬੈਠੇ ਰਹੇ, ਕਿਸਾਨਾਂ ਦੇ ਹੱਕ 'ਚ ਦਿੱਲੀ ਬੈਠੇ ਰਹੇ ਧਰਨੇ ਤੇ, ਉਦੋਂ ਨਹੀਂ ਸੀ ਇਹਨਾਂ ਨੂੰ ਪਤਾ ਲੱਗ ਰਿਹਾ ਵੀ ਇਹ ਤਾਲੀਬਾਨੀਆਂ ਦੇ ਨਾਲ ਮੈਂ ਬੈਠਾ, ਕਿਉਂਕਿ ਉਦੋਂ ਇਹ ਕਾਂਗਰਸ 'ਚ ਸੀ ਤੇ ਕਾਂਗਰਸ ਵੱਜੋਂ ਉੱਥੇ ਧਰਨੇ ਤੇ ਬੈਠੇ ਰਹੇ। ਔਰ ਜੇ ਇਹ ਅਸੀਂ ਪੀਸਫੁਲ ਬੈਠੇ ਸੀ, ਇਹ ਕਹਿੰਦੇ ਅਸੀਂ ਪੀਸਫੁਲ ਬੈਠੇ ਸੀ, ਤਾਂ ਪੀਸਫੁਲ ਪ੍ਰੋਟੈਸਟ ਦੇ ਵਿੱਚ ਜੇ ਅਸੀਂ ਤਾਲੀਬਾਨੀ ਆ ਤਾਂ ਇਹ ਖੁਦ ਵੀ ਤਾਂ ਤਾਲੀਬਾਨੀ ਹੋਏ, ਉਦੋਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਵੀ ਇਹ ਤਾਲੀਬਾਨੀਆਂ ਦਾ ਸਾਥ ਦੇ ਰਹੇ ਨੇ। ਪਰ ਇਹ ਮੌਕੇ ਦੀ ਨਜ਼ਾਕਤ ਵੇਖਦੇ ਨੇ, ਮੌਕੇ ਦਾ ਫਾਇਦਾ ਚੁੱਕਦੇ ਨੇ ਇਹ ਰਾਜਨੀਤਿਕ ਲੋਕ। ਉਦੋਂ ਇਹ ਕਾਂਗਰਸ ਜਿਹੜੀ ਸੀ, ਗੱਲ ਅੱਜ ਇਹ ਬੀਜੇਪੀ, ਜਿਹੜੀ ਗੱਲ ਕਹੀ ਹੈ ਇਹ ਕਿ ਸਾਡਾ ਅਸੀਂ ਜਾਂਚ ਕਰਾਵਾਂਗੇ, ਵਕੀਲ ਸਾਹਿਬ, ਜਾਂਚ ਕਰਾਉਣ ਦੀ ਗੱਲ ਕਿੱਥੋਂ ਆ ਗਈ ਵੀ ਆੜਤੀਏ ਨੇ, ਜਿਹੜੇ ਕਿਸਾਨ ਲੀਡਰ ਨੇ, ਇਹ ਸ਼ੈਲਰ ਮਾਲਕ ਨੇ, ਇਹ ਤਾਂ ਕਰੋੜਾਂ ਰੁਪਏ ਖਾ ਗਏ, ਇਹ ਜਿਹੜੀ ਗੱਲ ਹੈ ਇਹ ਕਿਉਂ ਕੀਤੀ, ਉਹਦੇ ਚ ਮਨਸ਼ਾ ਕੀ ਲੱਗਦੀ ਹੈ? ਇਹ ਵੀ ਮਨਸ਼ਾ ਵਾਲੀਆ ਸਾਹਿਬ ਮੈਂ ਦੱਸਦਾ, ਜਿਹੜੇ ਅੱਜ ਅੱਜ ਜਿਹੜੀ ਕਿਸਾਨੀ ਹੈ ਨਾ, ਉਹ ਸਾਰੇ ਤੁਸੀਂ ਸਾਰੇ ਜਾਣਦੇ ਹੋ ਵੀ ਕਿਸਾਨ ਜਿਹੜੇ ਨੇ ਅੱਜ 2 ਤੋਂ 5 ਏਕੜ ਵਾਲੇ ਕਿਸਾਨ ਰਹਿ ਗਏ ਪੰਜਾਬ 'ਚ ਸਾਰੇ। ਔਰ ਜਿਹੜੀ ਮਨਸ਼ਾ ਬੀਜੇਪੀ ਸਰਕਾਰ ਦੀ, ਕੇਂਦਰ ਸਰਕਾਰ ਦੀ, ਕਾਰਪੋਰੇਟ ਨਾਲ ਰਲ ਕੇ ਜਿਹੜੀ ਜ਼ਮੀਨਾਂ ਹੜੱਪਣਾ ਚਾਹੁੰਦੇ ਨੇ, ਉਹ ਤੁਸੀਂ ਮੰਡੀਕਰਨ ਦਾ ਹਾਲ ਵੇਖ ਲਿਆ।
ਤੁਸੀਂ ਇਹਨਾਂ ਦੇ ਵੱਡੇ ਵੱਡੇ ਗੋਦਾਮ ਬਣਦੇ ਵੇਖ ਰਹੇ ਕਾਰਪੋਰੇਟਸ ਦੇ, ਜਾਂ ਭਾਰਤਮਾਲਾ ਬਣਦੀ ਵੇਖ ਰਹੀ, ਜੰਮੂ ਕਨਾਡਾ ਹਾਈਵੇ ਬਣਦਾ ਵੇਖ ਰਿਹਾ, ਉਸ ਮਨਸ਼ਾ ਦੇ ਨਾਲ ਅਗਰ ਛੋਟੇ ਕਿਸਾਨਾਂ ਦੀ ਗੱਲ ਕਰੀਏ ਤਾਂ 2 ਤੋਂ 5 ਏਕੜ ਵਾਲੇ ਕਿਸਾਨਾਂ ਨੂੰ ਮਸਲਣਾ ਜਾਂ ਉਹਨਾਂ ਨੂੰ ਆਪਣੇ ਹੱਕ 'ਚ ਖੜਾ ਕਰਨਾ, ਇਹ ਕੇਂਦਰ ਸਰਕਾਰ ਵਾਸਤੇ ਬਾਹਲੀ ਵੱਡੀ ਗੱਲ ਨਹੀਂ, 5 ਮਿੰਟ ਦੀ ਖੇਡ ਹੈ। ਹੁਣ ਜਿਹੜੀ ਗੱਲ ਮੈਂ ਪਹਿਲਾਂ ਗੱਲ ਕੀਤੀ ਵੀ ਕਿਸਾਨਾਂ ਦੇ ਹੱਕ ਦੀ ਗੱਲ ਕੋਈ ਨਹੀਂ ਕਰਦਾ, ਨਾ ਕਿਸਾਨਾਂ ਕੋਲ ਵੱਡੇ ਆਪਣੇ ਬੰਦੇ ਨੇ ਬੋਲਣ ਵਾਲੇ, ਨਾ ਇਹਨਾਂ ਦੇ ਹੱਕ 'ਚ MLA ਬੋਲ ਰਹੇ ਨੇ, ਨਾ ਇਹਨਾਂ ਦੇ ਹੱਕ 'ਚ MP ਬੋਲਦੇ ਨੇ ਜਾ ਕੇ। ਔਰ ਜਿਹੜੇ ਇਹ 2 ਤੋਂ 5 ਏਕੜ ਵਾਲੇ ਕਿਸਾਨਾਂ ਦੀ ਅਗਰ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਦੇ ਨੇ ਜਾਂ ਉਹਨਾਂ ਦੀ ਗੱਲ ਕਰਦੇ ਨੇ, ਉਹ ਇਹ ਕਿਸਾਨ ਸੰਗਠਨ ਹੀ ਕਰਦੇ ਨੇ। ਜੇ ਕਿਸਾਨ ਸੰਗਠਨ ਇਕੱਠੇ ਹੋ ਕੇ, ਤੁਸੀਂ ਇਹ ਦੇਖੋ ਆਪਾਂ ਰਿਪੀਟ ਨਾ ਕਰੀਏ, ਤੁਹਾਡਾ ਤਰਕ ਆ ਗਿਆ, ਲੇਕਿਨ ਜਿਹੜੀ ਗੱਲ ਤੁਹਾਡੀ ਗੱਲ ਚੋਂ ਜੁੜੀ ਜਾ ਸਕਦੀ ਹੈ, ਇਹ ਜਿਹੜੇ ਛੋਟੇ ਕਿਸਾਨ ਨੇ, ਜਿਹੜੇ 2.5 ਏਕੜ 5 ਏਕੜ ਤੱਕ ਦੇ ਕਿਸਾਨ ਨੇ, ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਉਕਸਾਉਣਾ ਚਾਹੁੰਦੀ ਹੈ ਕਿਸਾਨ ਆਗੂਆਂ ਦੇ ਸਾਹਮਣੇ, ਜਿੱਦਾਂ ਇਉਂ ਕਹਿ ਲਈਏ, ਕਿਉਂਕਿ ਤੁਸੀਂ ਵੀ ਕੰਟਰਾਡਿਕਟ ਨਹੀਂ ਕੀਤਾ ਕਿ ਕਿਹੜੇ ਕਿਹੜੇ ਕਿਸਾਨ ਲੀਡਰ ਆੜਤੀਏ ਨੇ ਜਾਂ ਉਹਨਾਂ ਦੇ ਕੋਲ ਰਕੇਸ਼ ਟਕਾਤ ਕੋਲ ਕਿੰਨੇ 50-60 ਕਰੋੜ ਦੀ ਪ੍ਰਾਪਰਟੀ ਹੈ, ਇਹ ਕਿੱਥੋਂ ਆ ਗਈ, ਨਹੀਂ ਆ ਸਕਦੀ ਹੈ, ਕਿਉਂ ਨਹੀਂ ਆਉ। ਲੇਕਿਨ ਰੀਤ ਬਿੱਟੂ ਨੇ ਜਿਹੜਾ ਇਹਨਾਂ ਦੀ ਰਣਨੀਤੀ ਦੀ ਮੈਂ ਗੱਲ ਕਰ ਰਿਹਾ ਕਿ ਜਿਸ ਤੇ ਭਾਰਤੀ ਜਨਤਾ ਪਾਰਟੀ ਚੱਲ ਰਹੀ ਹੈ, ਜਿਵੇਂ ਹਰਿਆਣਾ ਚ ਹਰਿਆਣਾ ਇਲੈਕਸ਼ਨ ਚ ਆਪਾਂ ਕਹਿੰਦੇ ਸੀ ਜਾਟ ਲੈਂਡ, ਜਾਟਾਂ ਨੂੰ ਜਾਟਾਂ ਨਾਲ ਲੜਾਤਾ, ਹੋ ਸਕਦਾ ਇੱਥੇ ਇਹਨਾਂ ਦੀ ਨੀਤੀ ਕਿਸਾਨਾਂ ਨੂੰ ਕਿਸਾਨਾਂ ਨਾਲ ਲੜਾਉਂਦੀ ਹੋਵੇ। ਅੱਜ ਮੈਂ ਸੱਦਾ ਦਿੱਤਾ ਸੀ ਪਹਿਲੇ ਦਰਸ਼ਕੋ, ਉਹ ਨਹੀਂ ਆਏ। ਮੈਂ ਦੇਖਿਆ ਜਿਹੜੀ ਵੀ ਪੋਲੀਟੀਕਲ ਪਾਰਟੀ ਨੂੰ ਜਵਾਬ ਦੇਣਾ ਪੈਂਦਾ, ਪੋਲੀਟੀਕਲ ਪਾਰਟੀ ਕਦੇ ਵੀ ਡਿਬੇਟ ਚ ਨਹੀਂ ਆਉਂਦੀ। ਅੱਜ ਕੱਲ ਇੱਕ ਨਵਾਂ ਰਿਵਾਜ ਹੈ। ਇੱਕ ਦਿਲਬਾਗ ਸਿੰਘ ਵਿਰਕ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਗੱਲ? ਪਰ ਇਹ ਨਾ ਜੇ ਵੇਖਿਆ ਜਾਵੇ ਤੇ ਜੋ ਸਾਡੀ ਫੁੱਟ ਪੈ ਚੁੱਕੀ ਹੈ ਕਿਸਾਨ ਜਥੇਬੰਦੀਆਂ ਦੀ, ਮੈਂ ਸ਼ੈਨ ਵਾਲੀਆ ਸਾਹਿਬ ਅੱਜ ਤੋਂ ਕਾਫੀ ਸਮਾਂ ਪਹਿਲਾਂ ਵੀ ਤੁਹਾਨੂੰ ਡਿਬੇਟ ਚ ਇੱਕ ਬੇਨਤੀ ਕੀਤੀ ਸੀ ਕਿ ਹੁਣ BJP ਦਾ ਇੱਕ ਵੱਡਾ ਏਜੰਡਾ ਤਿਆਰ ਹੋ ਗਿਆ, ਉਹ ਪਿੰਡ ਪੱਧਰ ਤੇ ਕੌਮੀ ਜਥੇਬੰਦੀਆਂ ਕਿਸਾਨਾਂ ਦੀਆਂ ਬਣਾ ਰਹੀ ਹੈ। ਔਰ ਜਿਹੜਾ ਏਜੰਡਾ ਇਹਨਾਂ ਨੇ ਲੋਕ ਸਭਾ ਚੋਣਾਂ ਚ ਵਰਤਿਆ, ਲੋਕ ਸਭਾ ਚੋਣਾਂ ਚ ਇਹਨਾਂ ਦੇ ਜਿਹੜੇ ਲੋਕਲ ਪ੍ਰਚਾਰਕ ਸਨ, ਉਹਨਾਂ ਨੇ ਸਾਡੇ ਮਜ਼ਦੂਰ ਭਰਾਵਾਂ ਨੂੰ ਜਾਂ ਛੋਟੇ ਜ਼ਿਮੀਂਦਾਰਾਂ ਨੂੰ ਬਹੁਤ ਉਕਸਾਇਆ ਕਿ ਜਿਹੜੇ ਵੱਡੇ ਕਿਸਾਨ ਨੇ, ਜਿਨ੍ਹਾਂ ਵੱਡਿਆਂ ਕਿਸਾਨਾਂ ਕੋਲ ਜ਼ਮੀਨਾਂ ਨੇ, ਸਾਰਿਆਂ ਕੋਲੋਂ ਜ਼ਮੀਨਾਂ ਖੋਹ ਕੇ ਤੁਹਾਨੂੰ ਬਰਾਬਰ ਤੇ ਦਿੱਤੀਆਂ ਜਾਣਗੀਆਂ। ਇਹ ਗੱਲਾਂ ਸਾਡੇ ਸਾਹਮਣੇ ਆਈਆਂ ਜੀ ਲੋਕਾਂ ਦੇ ਵੱਲੋਂ। ਔਰ ਜਿਹੜੀ ਇਹ ਗੱਲ ਕਹਿੰਦੇ ਨਾ ਵੀ 18% ਵੋਟ ਜਾਂ ਜਿਹੜਾ ਤੁਹਾਡਾ ਇਸ਼ਾਰਾ ਹੈ, ਉਹ 18% ਵੋਟ ਵੀ ਇਹਨਾਂ ਨੂੰ ਇਸ ਮੁਤਾਬਕ ਮਿਲੀ ਹੈ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਹੁਣ ਚਿੰਤਾ ਦਾ ਵਿਸ਼ਾ ਇਸ ਗੱਲ ਦਾ ਹੈ ਕਿ ਜਿਹੜੇ ਸਾਡੇ ਕਿਸਾਨ ਆਗੂ ਨੇ, ਉਹਨਾਂ ਵੱਲੋਂ ਸਿਰਫ ਇੱਕ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਉਹਨਾਂ ਵੱਲੋਂ ਕੋਈ ਇਕੱਠੇ ਮਿਲ ਜੁੜ ਬੈਠ ਕੇ ਇਹਦਾ ਕੋਈ ਹੱਲ ਕੱਢਣ ਜਾਂ ਇਹਨੂੰ ਤੜਵਾ ਤਗੜਾ ਜਵਾਬ ਦੇਣ ਦੀ ਕੋਈ ਰਣਨੀਤੀ ਤਿਆਰ ਨਹੀਂ ਕੀਤੀ ਜਾ ਰਹੀ। ਜਿਹੜੀ ਆਪਸੀ ਫੁੱਟ ਹੈ, ਮੈਂ ਰਵਨੀਤ ਬਿੱਟੂ ਜੀ ਨੂੰ ਇੱਕ ਸਵਾਲ ਜ਼ਰੂਰ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਰਵਨੀਤ ਸਿੰਘ ਬਿੱਟੂ ਨੂੰ ਕਿਸਾਨਾਂ ਦੀਆਂ ਜਿਹੜੀਆਂ ਕਿਸਾਨ ਆਗੂਆਂ ਦੀ ਜਾਇਦਾਦ ਨਜ਼ਰ ਆ ਗਈ, ਰਵਨੀਤ ਬਿੱਟੂ ਨੂੰ ਜਿਹੜਾ ਹਜ਼ਾਰਾਂ ਕਰੋੜ ਅਰਬਾਂ ਕਰੋੜ ਰੁਪਈਆ ਲੈ ਕੇ ਇੱਥੋਂ ਦੇ ਭੱਜੇ ਵਪਾਰੀ, ਜਿਨ੍ਹਾਂ ਨੇ ਜਾ ਕੇ ਬਾਹਰ ਫੋਰਨ 'ਚ ਆਪਦੇ ਕਾਰੋਬਾਰ ਸੈਟਲ ਕੀਤੇ, ਉਹ ਕਦੀ ਨਜ਼ਰ ਨਹੀਂ ਆਏ। ਰਵਨੀਤ ਬਿੱਟੂ ਨੂੰ ਜਿਹੜਾ ਕਿ ਮੋਦੀ ਨੇ ਕਾਲਾ ਧਨ ਲਿਆਉਣ ਵਾਸਤੇ ਕਿਹਾ ਸੀ, ਉਹਦੇ ਬਾਰੇ ਤਾਂ ਉਹਨਾਂ ਕਦੀ ਗੱਲ ਹੀ ਨਹੀਂ ਕੀਤੀ। ਇਹ ਵਾਕਈ ਗੱਲ ਸਹੀ ਹੈ, ਇਹ ਛੋਟੇ ਤੇ ਵੱਡੇ ਕਿਸਾਨਾਂ ਦੇ ਵਿੱਚ ਨਫ਼ਰਤ ਪੈਦਾ ਕਰਕੇ ਇੱਕ ਵੋਟ ਹਾਸਲ ਕਰਨ ਦਾ ਤਰੀਕਾ ਹੈ। ਮੈਂ ਇਹਦੀ ਨਿਖੇਧੀ ਵੀ ਕਰਦਾ
ਔਰ ਨਾਲ ਇਹ ਵੀ ਗੱਲ ਕਰਦਾ ਕਿ ਕਿਹੜਾ ਬੀਜੇਪੀ ਦਾ ਫੰਡ ਜਿਹੜਾ ਕਿਸਾਨਾਂ ਨੇ ਵਰਤ ਲਿਆ, ਕਿਹੜਾ ਸਰਕਾਰੀ ਫੰਡ ਸੀ ਜਿਹੜਾ ਕਿਸਾਨਾਂ ਨੇ ਵਰਤ ਕੇ ਜਾਇਦਾਦ ਬਣਾ ਲਈ, ਇਹਨਾਂ ਦੇ ਕੋਲ ਕੋਈ ਸਬੂਤ ਵੀ ਕਿਹੜਾ ਕੋ ਹੈਗਾ? ਹੁਣ ਛੋਟਾ ਜ਼ਿਮੀਂਦਾਰ ਹੈ, ਉਹ ਵੀ ਜਾਇਦਾਦ ਨੂੰ ਵਧਾਉਣ ਦੀ ਕੋਸ਼ਿਸ਼ ਕਰਦਾ, ਉਹਨੇ ਵੀ ਵਧਾਈ ਹੈ। ਹੋਰ ਬਹੁਤ ਸਾਰੇ ਸਤਿਕਾਰਯੋਗ ਜਿਹੜੇ ਸਾਡੇ, ਜਿਵੇਂ ਹੁਣ ਅਸੀਂ ਗੱਲ ਕਹਿ ਲਈਏ। ਹਾਂਜੀ ਬਿਰਖ ਸਾਹਿਬ, ਮਾਫ ਕਰਨਾ, ਇੱਥੇ ਤੁਹਾਡੀ ਗੱਲ ਵੀ ਠੀਕ ਹੈ, ਪਰ ਜਿਹੜੀ ਕਿਸਾਨਾਂ ਨੇ ਇੱਕ ਦੂਜੇ ਤੇ ਲਾਂਛਨ ਲਾਏ ਨਾ, ਜਦੋਂ ਅੰਦੋਲਨ ਤੋਂ ਬਾਅਦ ਇਹ ਫੰਡ ਡਿਕਲੇਅਰ ਨਾ ਕਰਨ ਦੇ ਲਾਏ, ਮੈਨੂੰ ਲੱਗਦਾ ਹੈ ਕਿ ਰਵਨੀਤ ਬਿੱਟੂ ਨੇ ਇਹ ਆਈਡੀਆ ਲਿਆ। ਵੈਸੇ ਰਣਨੀਤੀ ਜਿਹੜੀ ਹੈ ਇਹ ਭਾਰਤੀ ਜਨਤਾ ਪਾਰਟੀ ਦੀ ਹੋ ਸਕਦੀ ਹੈ। ਪਰ ਦਰਸ਼ਕਾਂ ਤੇ ਚਰਚਾ ਜਾਰੀ ਰੱਖਦੇ ਆਪਾਂ ਇੱਕ ਬ੍ਰੇਕ ਲੈ ਲਈਏ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਇਹ ਗੱਲ ਜਗਮੀਤ ਸਿੰਘ ਢਿੱਲੋਂ ਸਾਹਿਬ ਬਿਲਕੁਲ ਸਹੀ ਹੈ ਕਿ ਪੋਲੀਟੀਕਲ ਪਾਰਟੀ ਜਿਹੜੀ ਹੈ ਉਹਨਾਂ ਦੀ ਜਿਹੜੇ ਲੀਡਰ ਹੁੰਦੇ ਨੇ ਨਾ, ਤੁਸੀਂ ਸਾਰੇ ਪੋਲੀਟੀਕਲ ਪਾਰਟੀ ਦੇ ਲੀਡਰ ਹੀ ਹੋ, ਜਿਵੇਂ ਤੁਸੀਂ ਕਾਂਗਰਸ ਦੇ ਲੀਡਰ ਹੋ, ਇਹਨਾਂ ਦਾ ਆਪਦਾ ਕੋਈ ਵਿਚਾਰ ਨਹੀਂ ਹੁੰਦਾ। ਜੋ ਪਾਰਟੀ ਕਹਿੰਦੀ ਹੈ ਇਹਨਾਂ ਨੇ ਬੋਲਣਾ ਪੈਂਦਾ ਹੈ। ਹੁਣ ਲੱਗਦਾ ਤਾਂ ਇਹ ਵੀ ਹੈ ਕਿ ਜੋ ਕੁਛ ਰਵਨੀਤ ਬਿੱਟੂ ਕਹਿ ਰਿਹਾ ਉਹ ਤਾਂ ਤੋਤੇ ਵਾਂਗੂ, ਜੋ ਕੁਛ ਕਿਹਾ ਜਾਂਦਾ ਵੀ ਇਹ ਲਾਈਨ ਲਓ ਉੱਥੇ ਬੋਲੀ ਜਾ ਰਹੇ ਨੇ। ਬਿਲਕੁਲ ਬਿਰਖ ਸਾਹਿਬ ਠੀਕ ਕਹਿ ਰਹੇ ਨੇ, ਪਹਿਲਾਂ ਤਾਂ ਇਹ ਹਰਜੀਤ ਗਰੇਵਾਲ ਦਾ ਜੁੱਤੀਆਂ ਵਰਡ ਜੁੱਤੀਆਂ ਜਿਹੜਾ ਯੂਜ ਕੀਤਾ ਸੀ ਉਹਦੇ ਖਿਲਾਫ, ਭਾਰਤੀ ਜਨਤਾ ਪਾਰਟੀ ਦੇ ਖਿਲਾਫ। ਖੈਰ ਮੈਂ ਜਿਹੜੀ ਆ ਜਿਹੜਾ ਨਵਾਂ ਮੁੱਦਾ ਖੜਾ ਕੀਤਾ, ਜਿਹੜਾ ਡਿਬੇਟ ਦਾ ਅੱਜ ਦਾ ਮੁੱਦਾ ਹੈ, ਢਿੱਲੋਂ ਸਾਹਿਬ ਕਿਵੇਂ ਦੇਖਦੇ ਹੋ? ਕਿ ਅੱਜ ਜਿਹੜਾ ਰਵਨੀਤ ਬਿੱਟੂ ਵੱਲੋਂ ਆ ਪਿਛਲੇ ਦਿਨੀ ਬਿਆਨ ਦਿੱਤਾ ਗਿਆ ਹੈ, ਇਹ ਦੁਰਭਾਗਯਪੂਰਨ ਇਸ ਕਰਕੇ ਆ ਕਿ ਇੱਕ ਪਾਸੇ ਤਾਂ ਕਿਸਾਨ ਜਿਹੜੇ ਆ ਉਹ ਧਰਨੇ ਦੇ ਰਹੇ ਨੇ, ਸਮੁੱਚੀਆਂ ਵਿਰੋਧੀ ਪਾਰਟੀਆਂ, ਜੋ ਇਸ ਵਾਰ ਲਿਫਟਿੰਗ ਦਾ ਹਾਲ ਹੋਇਆ, ਜੋ ਮੰਡੀਆਂ ਦੇ ਵਿੱਚ ਕਿਸਾਨ ਰੁਲੇ ਹਾਲੇ ਤੱਕ ਰੋ ਰਹੇ ਨੇ, ਲੋਕਾਂ ਦੀ ਕਣਕ ਦੀ ਬਿਜਾਈ ਲੇਟ ਹੋ ਗਈ, ਕਿਉਂਕਿ ਝੋਨੇ ਲੇਟ ਸਾਂਭੇ ਗਏ, ਹਾਲੇ ਵੀ ਲੋਕ ਕਈ ਸਾਂਭ ਰਹੇ ਨੇ, DAP ਨੀ ਮਿਲੀ। ਉਹ ਇਹ ਤਾਂ ਉੱਤੋਂ ਦੀ ਉਹ ਕਹਾਵਤ ਨੇ, ਨਾਲੇ ਚੋਰ ਨਾਲੇ ਚਤਰ, ਇਹ ਉੱਤੋਂ ਦੀ ਹੋ ਆਏ ਨੇ ਕਿਸਾਨਾਂ ਨੂੰ। ਗੱਲ ਕਦੋਂ ਕੀਤੀ ਹੈ ਕੰਪੇਨਿੰਗ ਦੇ ਵਿੱਚ? ਮੇਰੇ ਖਿਆਲ ਨਾਲ ਤਾਂ ਇਹਨਾਂ ਨੇ ਇੱਕ ਦਾਬਾ ਮਾਰਿਆ, ਕਿਉਂਕਿ ਗਿੱਦੜ ਬਾਏ ਵਿਖੇ ਬਹੁਤ ਸਾਰੀਆਂ ਜਥੇਬੰਦੀਆਂ ਮਨਪ੍ਰੀਤ ਬਾਦਲ ਦਾ ਵਿਰੋਧ ਕਰ ਰਹੇ ਸਨ, ਉਹਦੇ ਵਿੱਚ ਇਹ ਬਿਆਨ ਦੇਣਾ, ਇਹ ਵੀ ਇੱਕ ਸੋਚੀ ਸਮਝੀ ਨੀਤੀ ਤਹਿਤ ਹੋਇਆ। ਤੇ ਜਿੱਥੋਂ ਤੱਕ ਗੱਲ ਜਾਇਦਾਦ ਦੀ ਜਾਂਚ ਕਰਾਉਂਦੀ ਹੈ, ਦੇਖੋ ਮੈਂ ਤਾਂ ਇਹੀ ਕਹੂੰਗਾ ਕਿ ਇਹਨਾਂ ਨੂੰ, ਰਮਨੀਤ ਸਿੰਘ ਬਿੱਟੂ ਜੀ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਕਿ ਅਸੀਂ 3 ਵਾਰ MP ਰਹੇ ਨੇ, ਇਸ ਵਾਰ ਰਾਜ ਸਭਾ MP ਨੇ ਤੇ ਮੰਤਰੀ ਨੇ, ਇਹਨਾਂ ਦੇ ਮੰਤਰੀ ਬਣਨ ਤੋਂ ਬਾਅਦ ਕਿੰਨੀ ਜਾਇਦਾਦ ਵਧੀ ਹੈ? ਤੋਂ ਤਾਂ ਗੱਲ ਅਜਿਹੇ ਬਿਆਨ ਦੀ ਸਭ ਲੋਕ ਹੈਰਾਨ ਹੁੰਦੇ ਨੇ। ਦੇਖੋ ਵਾਲੀਆ ਸਾਹਿਬ, ਹੈਰਾਨਗੀ ਦੀ ਗੱਲ ਨੀ, ਲੋਕ ਕਹਿੰਦੇ ਨੇ ਕਿ ਅਜਿਹੇ ਬਿਆਨ ਇਹ ਕਿਉਂ ਦਿੰਦਾ ਹੈ? ਇਹ BJP ਦਾ ਇੱਕ ਕਲਚਰ ਹੈ। ਤੁਹਾਨੂੰ ਯਾਦ ਹੋਣਾ ਜਦੋਂ ਕਿਸਾਨ ਅੰਦੋਲਨ ਸੀ, ਕਿਸਾਨ ਅੰਦੋਲਨ ਦੇ ਵਿੱਚ ਜਿੰਨੇ ਜਿੰਨੇ ਕਿਸਾਨਾਂ ਦੇ ਵਿਰੁੱਧ ਜਿੰਨੇ ਅੱਗ ਭਰੇ ਅਤੇ ਨਫ਼ਰਤ ਭਰੇ ਬਿਆਨ ਦਿੱਤੇ ਨੇ, ਚਾਹੇ ਉਹ ਕੰਗਣਾ ਸੀ, ਉਸਨੂੰ ਉੱਚ ਅਹੁਦਿਆਂ ਦੇ ਨਾਲ ਨਿਵਾਜਿਆ ਗਿਆ। ਕੰਗਣਾ ਨੇ ਖਾਲਿਸਤਾਨੀ ਕਿਹਾ, ਉਗਰਵਾਦੀ ਕਿਹਾ, ਇੱਥੋਂ ਤੱਕ ਕਿਹਾ ਕਿ ਇਹ ਕਿਸਾਨ ਅੰਦੋਲਨ ਦੇ ਵਿੱਚ ਇਹਨਾਂ ਨੇ ਤਾਂ ਦਿੱਲੀ ਨੂੰ ਅਤੇ ਪੰਜਾਬ ਨੂੰ ਬੰਗਲਾਦੇਸ਼ ਬਣਾ ਦੇਣਾ ਸੀ, ਐਂਟੀ ਨੈਸ਼ਨਲ ਕਿਹਾ, ਤਾਂ ਉਸਨੂੰ ਇੱਕ ਟਿਕਟ ਦੇ ਕੇ ਨਿਵਾਜਿਆ ਗਿਆ BJP ਵੱਲੋਂ, ਉਸਨੂੰ MP ਬਣਾਇਆ ਗਿਆ। ਤੇ ਇਹਨਾਂ ਦੇ ਵਿੱਚ ਕੰਪੀਟੀਸ਼ਨ ਹੈ ਕਿ ਜਿਹੜਾ ਜ਼ਿਆਦਾ ਨਫ਼ਰਤ ਭਰੇ ਬਿਆਨ ਦੇਵੇਗਾ। ਸੇਮ ਇਸ ਦਾ ਕੇਸ ਵਿਦ ਰਵਨੀਤ ਬਿੱਟੂ, ਤੁਸੀਂ ਦੇਖੋ ਪਹਿਲੇ ਦਿਨ ਉਹਨੇ ਬਿਆਨ ਦਿੱਤਾ ਹੈ ਫਰਾਈਡੇ ਈਵਨਿੰਗ ਨੂੰ ਕਿ
ਸੈਟਰਡੇ ਈਵਨਿੰਗ ਨੂੰ ਕਿਸਾਨਾਂ ਦੇ ਵਿਰੁੱਧ ਅਤੇ ਸੰਡੇ ਨੂੰ ਉਹ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਭੁੱਕੀ ਦੇ ਠੇਕੇ ਖੁੱਲਣੇ ਚਾਹੀਦੇ ਨੇ ਅਤੇ ਦੋਨਾਂ ਬਿਆਨਾਂ ਤੇ ਜਿਹੜੀ ਪਾਰਟੀ ਸੀਨੀਅਰ ਹਾਈ ਕਮਾਂਡ ਇਹਨਾਂ ਦੇ ਪੰਜਾਬ ਦੇ ਪ੍ਰਧਾਨ ਹੋਣ ਜਾਂ ਪੰਜਾਬ ਦੇ ਇੰਚਾਰਜ ਹੋਣ ਜਾਂ ਕੈਪਟਨ ਅਮਰਿੰਦਰ ਸਿੰਘ ਵਰਗੇ ਹੋਰ ਜੋ ਬੀਜੇਪੀ ਦੇ ਆਗੂ ਨੇ ਜੋ ਕਿਸਾਨਾਂ ਦੇ ਹੱਕ ਵਿੱਚ ਬੋਲਦੇ ਸਨ ਉਹਨਾਂ ਨੇ ਇਸ ਤੇ ਕੋਈ ਵੀ ਪ੍ਰਤੀਕਰਮ ਨਹੀਂ ਕੀਤਾ। ਸੋ ਮੇਰੇ ਹਿਸਾਬ ਦੇ ਨਾਲ ਕਿਸਾਨ ਦੇ ਜਿਹੜੇ ਉੱਚ ਅਹੁਦੇਦਾਰ ਲੀਡਰ ਨੇ ਉਹਨਾਂ ਤੇ ਦਬਾਅ ਬਣਾਉਣਾ, ਉਹਨਾਂ ਨੂੰ ਡਰਾਉਣਾ ਧਮਕਾਉਣਾ ਕਿ ਪਹਿਲਾਂ ਤਾਂ ਜਿਹੜੇ ਵਿਰੋਧੀ ਧਿਰ ਦੇ ਗੱਲ ਰੱਖਦੇ ਸੀ ਨਾ ਵਾਲੀਆ ਸਾਹਿਬ, ਉਹਨਾਂ ਤੇ ਈਡੀ ਦੀਆਂ ਰੇਡਾਂ ਪੈਂਦੀਆਂ ਸਨ। ਜਿੱਦਾਂ LOP ਕਿਸੇ ਨੇ ਮੁੱਦਾ ਚੁੱਕ ਲਿਆ ਜਾਂ ਵਿਰੋਧੀ ਧਿਰ ਦਾ ਕੋਈ MLA, ਉਸ ਤੇ ED ਪੈ ਗਈ, IT ਪੈ ਗਈ, CBI ਪੈ ਗਈ। ਹੁਣ ਤਾਂ ਉਹ ਸਿੱਧੇ ਹੋ ਗਏ ਕਿ ਜਿਹਦਾ ਮੁੱਦਾ ਹੈ, ਜਿਹਦਾ ਮੁੱਦਾ ਕੋਈ ਵਿਰੋਧੀ ਚੁੱਕਦਾ ਸਿੱਧਾ ਉਹ ਮੁੱਦੇ ਵਾਲੇ ਨੂੰ ਹੀ ਅਸੀਂ ਫੜੀਏ। ਕਿਤੇ ਇਹਦਾ ਨੁਕਸਾਨ ਇਹ ਵੀ ਹੈ ਕਿ ਜਿਹੜੇ ਕਿਸਾਨ ਲੀਡਰਾਂ ਦੀ ਏਕਤਾ ਨਹੀਂ ਅੱਜ ਕੱਲ ਦੇਖ ਰਹੀ, ਉਹ ਵੀ ਇਸਦਾ ਭੁਗਤਾਨ ਹੈ ਕਿ ਇਹ ਗੱਲ ਇੱਥੋਂ ਤੱਕ ਪਹੁੰਚ ਗਈ। ਅਗਰ ਸਾਡੇ ਕਿਸਾਨ ਲੀਡਰਾਂ ਦੇ ਵਿੱਚ ਅੱਜ ਏਕਤਾ ਹੁੰਦੀ ਤਾਂ ਬੜਾ ਵੱਡਾ ਪ੍ਰਤੀਕਰਮ ਆਉਣਾ ਸੀ। ਹਾਲੇ ਤੱਕ ਕੋਈ ਲੀਡਰਾਂ ਵੱਲੋਂ ਕੋਈ ਘੇਰਾਵ, ਕੋਈ ਵੱਡੇ ਜਗਮੀਤ ਸਿੰਘ ਢਿੱਲੋਂ ਸਾਹਿਬ, ਤੁਸੀਂ ਜਿਹੜਾ ਇੱਕ ਪੁਆਇੰਟ ਦਿੱਤਾ ਕਿ ਲੀਡਰਾਂ ਤੇ ਦਬਾਅ ਬਣਾਉਣਾ ਚਾਹੁੰਦੇ ਨੇ, ਇਹ ਗਲਤ ਦਮ ਹੈ, ਵਕੀਲ ਹੋ ਸਹੀ ਤਰਕ ਹੈ ਤੁਹਾਡਾ। ਲੇਕਿਨ ਦੂਜੀ ਗੱਲ ਇਹ ਵੀ ਹੈ ਕਿ ਕਿਸਾਨ ਲੀਡਰਾਂ ਦਾ ਜਵਾਬ ਬਿਲਕੁਲ ਸਿੰਪਲ, ਜਿਵੇਂ ਅਸੀਂ ਨੀ ਕਿਸੇ ਤੋਂ ਡਰਦੇ, ਇਹ ਕੋਈ ਬਿਆਨ ਹੈ ਸਰਬਜੀਤ ਸਿੰਘ ਭਦੇਰ ਦਾ ਜਾਂ ਬਾਕੀ ਕਿਸਾਨ ਲੀਡਰਾਂ ਦਾ। ਚਾਹੀਦਾ ਤਾਂ ਇਹ ਹੈ ਕਿ ਕਿਸਾਨ ਲੀਡਰ ਕਹਿੰਦੇ ਕਿ ਠੀਕ ਹੈ, ਅਸੀਂ ਤਿਆਰ ਹਾਂ ਜਾਂਚ ਕਰਾਉਣ ਨੂੰ, ਤੇ ਅਸੀਂ ਤੁਹਾਡੀ ਵੀ ਜਾਂਚ ਕਰਾਵਾਂਗੇ, ਤੁਹਾਡੇ ਲੀਡਰਾਂ ਦੀ ਅਸੀਂ ਤੁਹਾਨੂੰ ਦੱਸਾਂਗੇ ਜਦੋਂ ਤੁਸੀਂ ਸਿਆਸਤ ਚ ਆਏ ਸੀ ਤੇ ਉਦੋਂ ਤੁਹਾਡੇ ਕੋਲ ਕੀ ਸੀ ਤੇ ਹੁਣ ਤੁਹਾਡੇ ਕੋਲ ਕੀ ਹੈ ਤੇ ਕਿੱਥੋਂ ਆਇਆ। ਇਸ ਤਰ੍ਹਾਂ ਦੇ ਬਿਆਨਬਾਜ਼ੀ ਜਾਂ ਜਵਾਬ ਤਾਂ ਇਹੀ ਬਣਦਾ ਸੀ। ਕੁਲਵਿੰਦਰ ਸਿੰਘ ਬਰਾੜ ਸਾਹਿਬ, ਤੁਹਾਡੇ ਬੁਲਾਰੇ ਨੇ ਤਾਂ ਜ਼ਰੂਰ ਥੋੜਾ ਜਿਹਾ ਤਿੱਖਾ ਜਵਾਬ ਦਿੱਤਾ, ਨੀਲ ਗਰਗ ਨੇ, ਤੁਸੀਂ ਕੀ ਕਹਿੰਦੇ ਹੋ? ਅਨਮਿਊਟ ਕਰੋ ਬਰਾੜ ਸਾਹਿਬ, ਤੁਹਾਡੀ ਆਵਾਜ਼ ਨਹੀਂ ਆ ਰਹੀ। ਬਰਾੜ ਸਾਹਿਬ ਟਾਈਮ ਬੜਾ ਸੀਮਿਤ ਹੁੰਦਾ, ਮੈਂ ਸ਼ੁਰੂ ਚੀਜ਼ ਕਰਦਾ, ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਸੀਂ ਆਵਾਜ਼ ਆਪਣੀ ਚੈੱਕ ਕਰ ਲਓ, ਮੈਂ ਅੱਗੇ ਜਾਂਦਾ। ਸਿੱਧੂ ਸਾਹਿਬ, ਸਤਪਾਲ ਸਿੰਘ ਸਿੱਧੂ ਸਾਹਿਬ, ਕਿਵੇਂ ਦੇਖਦੇ ਹੋ? ਵਾਲੀਆ ਸਾਹਿਬ, ਮੈਂ ਪੂਰੀ ਡਿਬੇਟ ਨੂੰ ਮੈਂ ਛੋਟੇ ਛੋਟੇ ਪੋਰਸ਼ਨ ਚ ਕਰਕੇ ਤਿੰਨ ਚਾਰ ਹਿੱਸਿਆਂ ਚ ਵੰਡੂਗਾ, ਕਿਉਂਕਿ ਉਸ ਤੋਂ ਬਿਨਾਂ ਗੱਲ ਕਲੀਅਰ ਨਹੀਂ ਹੋਣੀ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਪਹਿਲਾਂ ਮੈਂ ਬੀਜੇਪੀ ਦੀ ਗੱਲ ਕਰੂੰਗਾ ਕਿ ਕ੍ਰੋਨੋਲੋਜੀ ਕੀ ਹੈ, ਭਾਈ ਇਹ ਬਿਆਨ ਆਇਆ ਕਿਉਂ ਹੈ। ਦੇਖੋ ਵਾਲੀਆ ਸਾਹਿਬ, ਜਿਵੇਂ ਸਾਡੇ ਹੋਮ ਮਿਨਿਸਟਰ ਨੇ, ਉਹ ਹਮੇਸ਼ਾ ਕ੍ਰੋਨੋਲੋਜੀ ਦਾ ਇੱਕ ਵਰਡ ਯੂਜ਼ ਕਰਦੇ ਹੁੰਦੇ ਨੇ, ਇਹ ਕ੍ਰੋਨੋਲੋਜੀ ਆ ਹੈ ਜਾਂ ਕ੍ਰੋਨੋਲੋਜੀ ਇਹ ਹੈ। ਸਵਾਲ ਇਹ ਹੈ ਕਿ ਜਦੋਂ ਇਹਨਾਂ ਨੇ ਪਿਛਲੇ ਜਿਹੜੇ ਕਿਸਾਨ ਯੂਨੀਅਨ ਦਾ ਪੂਰੇ ਭਾਰਤ ਦੇ ਆਧਾਰ ਤੇ ਜਿੱਥੇ ਜਿੱਥੇ ਵੀ ਸੀਗੀਆਂ, ਇਹਨਾਂ ਨੇ 2024 ਦੀ ਪਾਰਲੀਮੈਂਟ ਇਲੈਕਸ਼ਨ ਸੀ ਉਹ ਚ ਕਾਫੀ ਵਿਰੋਧ ਕੀਤਾ ਔਰ ਕਈ ਜਗ੍ਹਾ ਇਸ ਦਾ ਨੁਕਸਾਨ ਵੀ ਬੀਜੇਪੀ ਨੂੰ ਚੱਲਣਾ ਪਿਆ। ਹੁਣ ਉਹਨਾਂ ਨੂੰ ਖਾਸ ਕਰਕੇ ਜਿਹੜੀ ਇਹਦੇ ਚ ਲੀਡਿੰਗ ਜਿਹੜੀ ਹੈਗੀ ਹੈ, ਜਿਹੜੇ ਲੀਡਰ ਸੀਗੇ ਉਹ ਜਾਂ ਤਾਂ ਯੂਪੀ ਦੇ ਸੀ ਕੁਛ, ਹਰਿਆਣਾ ਸੀਗਾ ਤੇ ਪੰਜਾਬ ਸੀ। ਯੂਪੀ ਦੇ ਵਿੱਚ ਚਲੋ ਉਹਨਾਂ ਦੇ ਅਲੱਗ ਕਿਸਮ ਦੀ ਸਟ੍ਰੈਟਜੀ ਬਣੀ, ਉਸ ਚ ਮੈਂ ਨਹੀਂ ਗੱਲ ਜਾਣਾ, ਲੇਕਿਨ ਹਰਿਆਣਾ ਚ ਉਹਨਾਂ ਨੇ ਸਟ੍ਰੈਟਜੀ ਬਹੁਤ ਤਕੜੀ ਬਣਾਈ। ਹਰਿਆਣਾ ਚ ਉਹਨਾਂ ਨੇ ਹਿੱਟੀ ਕਿਸਾਨਾਂ ਨੂੰ ਕੀਤਾ, ਕਿਸਾਨ ਯੂਨੀਅਨ ਨੂੰ ਕੀਤਾ, ਜਿਹਦੇ ਚ ਚੜੂਨੀ ਨੂੰ ਇੱਕ ਪਾਸੇ ਖੜਾ ਕਰ ਲਿਆ ਉਹਨਾਂ ਨੇ। ਚੜੂਨੀ ਨੂੰ ਉਹਨਾਂ ਨੇ ਕਿਸੇ ਵੀ ਦਬਾਅ ਥੱਲੇ ਜਾਂ ਕਿਸੇ ਵੀ ਕਾਰਨ ਕਰਕੇ ਉਹਨੂੰ ਇੱਕ ਪਾਸੇ ਖੜਾ ਕਰ ਲਿਆ ਔਰ ਇੱਕ ਤਸਵੀਰ ਬਣਾਤੀ ਕਿ ਕਿਸਾਨ ਯੂਨੀਅਨ ਸਾਰੀ ਇੱਕੋ ਨਹੀਂ ਹੈ, ਕਿਸਾਨ ਵੀ ਅਲੱਗ ਅਲੱਗ ਨੇ। ਔਰ ਉਸ ਤੋਂ ਅਗਾਂਹ ਆ ਕੇ ਇਹਨਾਂ ਨੇ ਇਹੀ ਫਾਰਮੂਲਾ ਜਿਹੜਾ ਪੰਜਾਬ ਚ ਵੀ ਅਪਣਾਇਆ
ਮੈਂ ਇਹ ਨਹੀਂ ਕਹਿੰਦਾ ਕਿ ਇਹਦੇ ਚ ਉਹਨਾਂ ਦੀ ਕਾਮਯਾਬੀ ਆ, ਮੈਂ ਸਮਝਦਾ ਕਿਸਾਨ ਯੂਨੀਅਨ ਦੀ ਫੇਲੀਅਰ ਹੈ ਬੜੀ ਵੱਡੀ। ਕਿਸਾਨ ਜਿਹੜੀ ਗੱਲ ਵਾਰ ਵਾਰ ਮੇਰੇ ਸਾਰੇ ਬੁਲਾਰੇ ਵੀਰ ਕਹਿ ਰਹੇ ਨੇ ਕਿ ਕਿਸਾਨ ਯੂਨੀਅਨ ਦੇ ਵਿੱਚ ਲੀਡਰ ਬਣਨ ਦੀ ਭੁੱਖ ਇੰਨੀ ਜ਼ਿਆਦਾ ਹੈ, ਕਿਉਂਕਿ ਉਹਦੇ ਚ ਕੀ ਹੈ ਕਿ ਉਸ ਲੀਡਰ ਦੇ ਲੀਡਰ ਪਣੇ ਦੇ ਵਿੱਚੋਂ ਪੰਜਾਬ ਦੇ ਵਿੱਚ ਲੋਕਲ ਲੈਵਲ ਤੇ ਇੱਕ ਚੌਧਰ ਨਿਕਲਦੀ ਹੈ। ਉਹਦੀ ਚੌਧਰ ਹੈ, ਕਿਸੇ ਪਟਵਾਰੀ ਨੂੰ ਡਰਾਉਣਾ, ਕਿਸੇ ਤਹਿਸੀਲਦਾਰ ਨੂੰ ਡਰਾਉਣਾ, ਕਿਸੇ SHO ਨੂੰ ਡਰਾਉਣਾ, ਕਿਸੇ ਹੋਰ ਜਗ੍ਹਾ ਤੇ ਜਾ ਕੇ ਆਪਦੀ ਚੌਧਰ ਦਿਖਾਉਣੀ, ਉਹਦੀ ਚੌਧਰ ਹੈ। ਉਹਨੇ ਕੀ ਕੀਤਾ ਕਿ ਹਰ ਇੱਕ ਬੰਦੇ ਦੇ ਅੰਦਰ ਇੱਕ ਇੱਛਾ ਪੈਦਾ ਕਰਤੀ, ਮੈਂ ਚੌਧਰੀ ਬਣ ਜਾ। ਔਰ ਚੌਧਰੀ ਬਣਨ ਵਾਸਤੇ ਕੀ ਹੋਇਆ ਕਿ ਉਹਨਾਂ ਨੇ ਆਪਦਿਆਂ ਦੇ ਛੋਟੀਆਂ ਛੋਟੀਆਂ ਯੂਨੀਅਨਸ ਖੜੀਆਂ ਕਰ ਲਈਆਂ ਕਿ ਮੈਂ ਮੇਰਾ ਦਬਦਬਾ ਰਹੂਗਾ ਇਸ ਇਲਾਕੇ 'ਚ। ਉਹਦਾ ਨਤੀਜਾ ਅੱਜ ਕੀ ਨਿਕਲਿਆ ਵੀ ਅਸੀਂ 35-36 ਥਾਈ ਕਿਸਾਨ ਦੇ ਨਾਂ ਤੇ, ਨਾ ਕਿਸਾਨ ਦਾ ਵੀ ਕਿਸਾਨ ਯੂਨੀਅਨ, ਵੀ ਕਿਸਾਨ ਦੀ ਯੂਨੀਅਨ ਤਾਂ ਯੂਨੀਅਨ ਹੀ ਨਹੀਂ ਹੈ। ਜੋ ਤੁਸੀਂ ਇੰਨੇ ਥਾਈ ਵੰਡਿਆ ਗਿਆ, ਫਿਰ ਕਿਸਾਨਾਂ ਦੀ ਯੂਨੀਅਨ ਕਾਹਦੀ ਰਹਿ ਗਈ? ਇਹ ਬਹੁਤ ਵੱਡਾ ਨੁਕਸਾਨ ਹੋਇਆ। ਅੱਜ ਜਿਹੜਾ ਬਿਆਨ ਆਇਆ ਉਹਦੇ ਵਿੱਚ ਜਿਹੜਾ ਤੁਸੀਂ ਵੀ ਕਹਿ ਰਹੇ ਸੀਗੇ ਵੀ ਇਹਨੂੰ ਕੰਟਰਾਡਿਕਟ ਨਹੀਂ ਕੀਤਾ ਗਿਆ ਜੁਆਇੰਟਲੀ, ਉਹਦਾ ਕਾਰਨ ਇਹ ਹੈ ਕਿ ਚੌਧਰ ਦੀ ਭੁੱਖ ਜਿਹੜੀ ਹੈ ਉਹਨਾਂ ਨੂੰ ਵੰਡੀ ਬੈਠੀ ਹੈ, ਔਰ ਇਹ ਚੌਧਰੀ ਬਣਨਾ ਚਾਹੁੰਦੇ ਨੇ, ਹੋਰ ਕੁਛ ਨਹੀਂ ਹੈ। ਅਗਲੀ ਗੱਲ, ਇਹਨਾਂ ਨੇ ਉਸੇ ਚੌਧਰ ਦੇ ਵਿੱਚੋਂ ਰਿਜ਼ਲਟ ਨਿਕਲਿਆ ਜਿਹੜਾ ਅੱਜ ਬਿੱਟੂ ਨੂੰ ਬਿਆਨ ਦੇਣ ਦਾ ਮੌਕਾ ਮਿਲਿਆ ਕਿ ਇੱਕ ਦੂਜੇ ਦੇ ਇਹਨਾਂ ਦੂਸ਼ਣ ਲਾਏ, ਇੱਕ ਦੂਜੇ ਦੇ ਖਿਲਾਫ ਇਹਨਾਂ ਨੇ ਬਿਆਨ ਦਿੱਤੇ, ਕਿਸੇ ਨੇ ਕਿੰਨੇ ਕਰੋੜ ਕਿਹਾ, ਕਿਸੇ ਨੇ ਕਿੰਨੇ ਕਰੋੜ ਕਿਹਾ। ਉਹ ਇੱਕ ਢਾਂਚਾ ਜਿਹੜਾ ਹੈ, ਹੁਣ ਜੇ ਅੱਜ ਕੱਲ ਇਹ ਜਾ ਕੇ ਉਹਨੂੰ ਕੰਟਰਾਡਿਕਟ ਵੀ ਕਰਦੇ ਸੀ ਤਾਂ ਉਹਨਾਂ ਨੇ ਮੋੜ ਕੇ ਪੁੱਛਣਾ ਸੀ, ਇਸੇ ਡੱਲੇਵਾਲ ਨੂੰ ਪੁੱਛਣਾ ਸੀ, ਇਸੇ ਦੂਜਿਆਂ ਨੂੰ ਪੁੱਛਣਾ ਸੀ ਵੀ ਕੱਲ ਤੁਸੀਂ ਤਾਂ ਆਪ ਤਾਂ ਕਹਿੰਦੇ ਸੀ ਵੀ ਕਿਸਾਨ ਯੂਨੀਅਨ ਦੇ ਫਲਾਣੇ ਫਲਾਣੇ ਲੀਡਰ ਦੱਸੋ ਨਾ ਕਿੱਥੇ ਪੈਸੇ ਗਏ। ਉਹਦਾ ਜਵਾਬ ਕੀ ਹੈ ਇਹਨਾਂ ਕੋਲੇ? ਇੱਕ ਗੱਲ ਇਹਦਾ ਮੈਂ ਫੈਕਟਰ ਕਰੂੰਗਾ, ਜਿਹੜਾ ਤੁਸੀਂ ਅੱਜ ਬਿਆਨ ਦਿੱਤਾ ਨੇ ਵੀ ਅਸੀਂ ਜਾਇਦਾਦਾਂ ਦੀ ਤਲਬ ਕਰਾਵਾਂਗੇ, ਕਰਾ ਲੈਣ, ਪਰ ਇਹ ਚ ਕੋਈ ਬੜਾ ਉਹ ਨਹੀਂ। ਮੈਂ ਨਹੀਂ ਕਹਿੰਦਾ ਵੀ ਨਾ ਕਰਾਉਣ, ਤਾਂ ਕਿ ਸਾਡੀ ਕਿਸਾਨ ਯੂਨੀਅਨ ਵਾਲੇ ਲੀਡਰਾਂ ਨੂੰ ਵੀ ਪਤਾ ਲੱਗੇ ਕਿ ਭਾਈ ਏਦਾਂ ਨਹੀਂ ਬੋਲੀਦਾ ਹੁੰਦਾ ਬਿਨਾਂ ਸੋਚੇ ਸਮਝੇ, ਇੱਕ ਦੂਜੇ ਦੇ ਖਿਲਾਫ ਇੱਕ ਦੂਜੇ ਨੂੰ ਐਵੇਂ ਨਹੀਂ ਭੰਡੀਦਾ ਹੁੰਦਾ। ਆਪ ਦੇ ਵਿੱਚ ਦੀ ਯੂਨਿਟੀ ਜਿਹੜੀ ਆ ਉਹ ਜ਼ਿਆਦਾ ਸਟਰੋਂਗ ਹੁੰਦੀ ਹੈ, ਉਹ ਯੂਨੀਅਨ ਨੂੰ ਜ਼ਿਆਦਾ ਸਟਰੋਂਗ ਕਰਨ ਵਾਸਤੇ ਇੱਕ ਥਾਂ ਇਕੱਠੇ ਹੋਣ ਦੀ ਲੋੜ ਹੈ, ਇੱਕ ਫਰੰਟ ਬਣਾਉਣ ਦੀ ਲੋੜ ਹੈ। ਇਹਦਾ ਹੋ ਗਈ ਇੱਕ ਗੱਲ। ਦੂਜੀ ਗੱਲ ਬਿੱਟੂ ਨੂੰ ਕੀ ਹੈ? ਬਿੱਟੂ ਅਸਲ 'ਚ ਕੀ ਹੈ? ਬਿੱਟੂ ਬਿੱਟੂ ਇੱਕ ਉਦਾਂ ਦਾ ਟੈਸਟ ਚੈੱਕ ਹੈ ਬੀਜੇਪੀ ਦਾ, ਜਿਹੜੀ ਮੈਂ ਅੱਜ ਗੱਲ ਕਲੀਅਰ ਕਰ ਦੇਣਾ। ਬੀਜੇਪੀ ਚ ਬਿੱਟੂ ਜਦੋਂ ਚਲਾ ਗਿਆ ਤੇ ਉਹਨਾਂ ਨੇ ਇਸ ਨੂੰ ਇਲੈਕਸ਼ਨ ਲੜਾਈ, ਤਾਂ ਉਹਨਾਂ ਨੂੰ ਇਹ ਸੀਗਾ ਵੀ ਜਿਹੜੀ ਰੂਰਲ ਵੋਟ ਹੈ ਉਹ ਬਿੱਟੂ ਆਪ ਲੈ ਜੂਗਾ ਤੇ ਜਿਹੜੀ ਹੈਗੀ ਸ਼ਹਿਰੀ ਵੋਟ ਉਹ ਸਾਨੂੰ ਬੀਜੇਪੀ ਨੂੰ ਪੈ ਜੂਗੀ। ਲੇਕਿਨ ਉਹਦਾ ਰਿਜ਼ਲਟ ਕੀ ਹੋਇਆ ਕਿ ਉਹ ਇਦਾਂ ਨਾ ਹੋ ਕੇ ਜਿਹੜੀ ਪੇਂਡੂ ਵੋਟ ਸੀ ਜਾਂ ਪਿੰਡਾਂ ਵਾਲੀ ਵੋਟ ਸੀ ਉਹ ਕੰਸਨਟ੍ਰੇਟ ਹੋ ਗਈ ਔਰ ਇੱਕ ਪਾਸੇ ਪੈਣ ਕਰਕੇ ਉਹਦਾ ਨੁਕਸਾਨ ਹੋ ਗਿਆ। ਲੇਕਿਨ ਬੀਜੇਪੀ ਨੂੰ ਫਾਇਦਾ ਹੋ ਗਿਆ। ਬੀਜੇਪੀ ਨੂੰ ਹੁਣ ਫਾਇਦਾ ਹੋਣ ਤੋਂ ਬਾਅਦ ਹੁਣ ਬੀਜੇਪੀ ਨੇ ਉਹਨੂੰ ਇੰਨਾ ਤਿੱਖਾ ਕਰਤਾ ਕਿ ਤੂੰ ਕਿਸਾਨਾਂ ਦੇ ਖਿਲਾਫ ਬੋਲ, ਕਿਉਂਕਿ ਜੇਕਰ ਉਹ ਕਿਸਾਨਾਂ ਦੇ ਖਿਲਾਫ ਬੋਲਦਾ ਹੈ ਤਾਂ ਜਿਹੜੀ ਕਿਸਾਨਾਂ ਦੇ ਆਲੇ ਦੁਆਲੇ ਪਿੰਡਾਂ ਦੀ ਲੁਧਿਆਣੇ ਦੀ ਰੂਰਲ ਵੋਟ ਹੈ ਉਹ ਇੱਕ ਪਾਸੇ ਕੰਸਨਟ੍ਰੇਟ ਹੋ ਜੂਗੀ ਤੇ ਸ਼ਹਿਰੀ ਵੋਟ ਇੱਕ ਪਾਸੇ। ਤਾਂ ਤੁਸੀਂ ਵੇਖੋ ਵੀ ਤਿੰਨ ਵਿਧਾਨ ਸਭਾ ਹਲਕੇ ਨੇ, ਉਹਨਾਂ ਦਾ ਟਾਰਗੇਟ 27 ਹੈ, ਤਿੰਨ ਵਿਧਾਨ ਸਭਾ ਹਲਕੇ ਨੇ ਜਿਹੜੇ ਪਿਓਰਲੀ ਸ਼ਹਿਰੀ ਨੇ, ਉਹ ਤਿੰਨਾਂ ਹਲਕਿਆਂ ਦੇ ਵਿੱਚ ਉਹ ਸਟਰੋਂਗ ਹੋ ਜੂਗੀ ਬੀਜੇਪੀ, ਔਰ ਇਹੀ ਕਾਰਨ ਹੈ ਵੀ ਇਹਨੂੰ ਬੁਲਾਇਆ ਜਾ ਰਿਹਾ। ਜੇਕਰ ਮੈਂ ਅਗਲੀ ਗੱਲ ਕਰਾਂ ਤੇ ਜਿਹੜੀ ਜੇਜੇਪੀ ਨਾਲ ਹੋਈ ਹੈ ਹਰਿਆਣੇ 'ਚ, ਜੇਜੇਪੀ ਨਾਲ ਸੇਮ ਗੱਲ ਹੋਈ ਹੈ। ਜੇਜੇਪੀ ਨੂੰ ਉਹਨਾਂ ਨੇ ਵਰਤਿਆ, ਜੇਜੇਪੀ ਨੂੰ ਉਹਨਾਂ ਨੇ ਕਿਸਾਨਾਂ ਦੇ ਖਿਲਾਫ ਖੜਾ ਕੀਤਾ ਕਿਸਾਨਾਂ ਦੇ, ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਕਿਸਾਨਾਂ ਦੇ ਵਿੱਚੋਂ ਆਈ ਹੋਈ ਚੀਜ਼ ਹੈ, ਕਿਸਾਨਾਂ ਨੂੰ ਥੋੜਾ ਬਹੁਤ ਰਿਪ੍ਰੈਜ਼ੈਂਟ ਕਰਦੇ ਨੇ, ਉਸ ਨੂੰ ਉਹਨਾਂ ਨੇ ਯੂਜ਼ ਕੀਤਾ। ਅੱਜ ਹਾਲਾਤ ਜੋ ਹਰਿਆਣੇ 'ਚ ਹੋਏ ਨੇ ਉਹ ਜੇਜੇਪੀ ਸਿੱਧੂ ਸਾਹਿਬ ਤੁਹਾਡੀ ਗੱਲ ਹੋਰ ਜਿਹੜੀ ਤੁਸੀਂ ਕਹੀ ਹੈ ਉਹਨੂੰ ਹੋਰ ਵੀ ਸਹੀ ਢੰਗ ਨਾਲ ਜ਼ੋਰਦਾਰ ਢੰਗ ਨਾਲ ਸਮਝਿਆ ਜਾ ਸਕਦਾ ਹੈ। ਉਹ ਇਹ ਹੈ ਕਿ ਇਹਨਾਂ ਨੇ ਵਪਾਰੀ
ਆਮ ਜਿਹੜਾ ਆਮ ਬੰਦਾ ਜਿਹੜਾ ਨੋਨ ਫਾਰਮਰ ਆ ਜਿਹੜਾ ਉਹ ਤੇ ਫਾਰਮਰ ਦੇ ਦਰਮਿਆਨ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਹਰਿਆਣਾ ਚ ਹੋਇਆ। ਖੱਟਰ ਸਾਹਿਬ ਕੀ ਕਹਿੰਦੇ ਸੀ, ਇਹ ਜਿਹੜੇ ਕਟੋਰੀ ਰੋਕੀ ਬੈਠੇ ਜਿਹੜਾ ਸਾਡੇ ਵਪਾਰੀਆਂ ਨੂੰ ਕਿੰਨਾ ਨੁਕਸਾਨ ਹੈ, ਸਾਡੇ ਕਲਰਕਾਂ ਨੂੰ ਕਿੰਨਾ, ਜਿਨ੍ਹਾਂ ਨੇ ਰਾਜਪੁਰੇ ਜਾਣਾ ਜਾਂ ਰਾਜਪੁਰੇ ਤੇ ਅੰਬਾਲੇ ਜਾਣਾ। ਬਿਲਕੁਲ ਉਸੇ ਤਰ੍ਹਾਂ ਕਿਸਾਨਾਂ ਦੇ ਜੀ ਇਹ ਰੋਕ ਦਿੰਦੇ ਨੇ ਜੀ, ਕਿ ਲੋਕ ਪਰੇਸ਼ਾਨ ਹੁੰਦੇ ਨੇ, ਲੋਕ ਸੜਕਾਂ ਤੇ ਖੱਜਲ ਖੁਆਰ ਹੁੰਦੇ ਨੇ। ਇਸ ਕਿਸਮ ਦੀ ਗੱਲ ਵੀ ਇਹਨਾਂ ਦੀ ਰਣਨੀਤੀ ਦਾ ਹਿੱਸਾ। ਮੈਂ ਸਿੱਧੂ ਸਾਹਿਬ ਦੇਖਦਾ, ਮੈਂ ਤੁਹਾਡਾ ਇਸ਼ਾਰਾ ਦੇਖ ਲਿਆ, ਲੇਕਿਨ ਮੈਂ ਇੱਕ ਵਾਰੀ ਫੇਰ ਬਰਾੜ ਸਾਹਿਬ ਕੋਲ ਜਾਣਾ ਚਾਹੁੰਦਾ ਹਾਂ ਜੇ ਉਹਨਾਂ ਦੀ ਆਵਾਜ਼ ਆਈ ਹੈ। ਕੁਲਵਿੰਦਰ ਬਰਾੜ, ਆਵਾਜ਼ ਆ ਰਹੀ ਹੈ ਵਾਲੀਆ ਸਾਹਿਬ? ਹਾਂਜੀ ਆਈ ਹੈ। ਹਾਂਜੀ ਵਾਲੀਆ ਸਾਹਿਬ, ਜਿਹੜਾ ਇਹ ਰਵਨੀਤ ਬਿੱਟੂ ਜੀ ਨੇ ਬਿਆਨ ਦਿੱਤਾ ਹੈ, ਇਹ ਪਹਿਲੀ ਗੱਲ ਤਾਂ ਬਹੁਤ ਮੰਦਭਾਗਾ ਬਿਆਨ ਆ। ਇਹ ਤੁਸੀਂ ਜਾਂਚ ਕਰਵਾਓ, ਜੰਮ ਜੰਮ ਕੇ ਕਰਵਾਓ ਜਾਂਚ। ਸਰਵਣ ਸਿੰਘ ਪੰਧੇੜ ਜੀ ਦਾ ਵੀ ਮੈਂ ਬਿਆਨ ਸੁਣਿਆ ਸੀਗਾ, ਉਹ ਵੀ ਕਹਿੰਦੇ ਸੀਗੇ ਤੁਸੀਂ ਜਾਂਚ ਕਰਵਾਓ ਜਿਹੜੇ ਬੰਦੇ ਨੇ ਕੋਈ ਘਪਲਾ ਕਰਿਆ, ਜਿਹੜੇ ਬੰਦੇ ਨੇ ਕੋਈ ਪੈਸਾ ਕਿਸੇ ਪਾਸੋਂ ਗਲਤ ਇਕੱਠਾ ਕਰਿਆ, ਉਹਦੀ ਜਾਂਚ ਹੋਣੀ ਚਾਹੀਦੀ ਹੈ। ਪਰ ਇਹਦੇ ਨਾਲ ਨਾਲ ਮੈਂ ਬੇਨਤੀ ਕਰੂੰਗਾ ਕਿ ਜੋ ਬੀਜੇਪੀ ਤੇ ਐਲੀਗੇਸ਼ਨ ਲੱਗਦੇ ਉਹਨਾਂ ਦੀ ਵੀ ਤਾਂ ਜਾਂਚ ਹੋਣੀ ਚਾਹੀਦੀ ਹੈ। ਜਿਵੇਂ ਵਿਰਕ ਸਾਹਿਬ ਨੇ ਦੱਸਿਆ ਹੈ ਕਿ ਨੀਰਵ ਮੋਦੀ, ਲਲਿਤ ਮੋਦੀ, ਵਿਜੇ ਮਾਲਿਆ ਕਰੋੜਾਂ ਰੁਪਇਆ ਲੈ ਕੇ ਸਾਡੇ ਦੇਸ਼ ਦਾ ਭੱਜ ਗਏ, ਉਹਨਾਂ ਦੀ ਜਾਂਚ ਕਿਉਂ ਨਹੀਂ ਕਰਵਾਈ ਗਈ? ਔਰ ਨਿਤਿਨ ਅਗਰਵਾਲ ਜਿਹੜੀ ਇਹ ਫੰਡ ਇਕੱਠੇ ਕਰਨ ਦੀ ਗੱਲ ਕਰਦੇ ਆ, ਕਿਸਾਨ ਤਾਂ ਫੰਡ ਠੀਕ ਹੈ ਕਿਸਾਨਾਂ ਤੋਂ ਕਰਦੇ ਹੋਣੇ, ਕਿਸੇ ਤੋਂ 200 ਰੁਪਇਆ, ਕਿਸੇ ਤੋਂ 300 ਰੁਪਇਆ। ਆਪਾਂ ਨੂੰ ਪਤਾ ਕਿ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਆ, ਉਹਨਾਂ ਦੇ ਲੰਗਰ ਵਾਸਤੇ ਜਾਂ ਕੰਬਲਾਂ ਵਾਸਤੇ ਕਿਸਾਨ ਇਕੱਠਾ ਕਰਦੇ ਹੋਣੇ ਆ। ਪਰ ਜਿਹੜੀ ਹੁਣ ਮੈਂ ਨਿਤਿਨ ਅਗਰਵਾਲ ਦੀ ਗੱਲ ਕਰਦਾ, ਜਿਹਨਾਂ ਦੀਆਂ ਤੁਸੀਂ ਬਾਹਾਂ ਮਰੋੜ ਮਰੋੜ ਕੇ ਇਲੈਕਟੋਰਲ ਬੌਂਡ ਇਕੱਠੇ ਕਰੇ ਆ, 230 ਕਰੋੜ ਰੁਪਇਆ ਇਕੱਲਾ ਉਹਨਾਂ ਤੋਂ ਲਿਆ ਇਹਨਾਂ ਨੇ, ਜਿਹਦਾ ਕੇਸ ਵੀ ਦਰਜ ਹੋਇਆ। ਸੋ ਉਹਦੇ ਬਾਰੇ ਵੀ ਬਿੱਟੂ ਸਾਹਿਬ ਬਿਆਨ ਦੇਣ। ਔਰ ਜਿਹੜਾ ਆਰ ਬਿੰਦੂ ਤੋਂ ਕਰਨਾਟਕਾ ਦੇ ਵਿੱਚ ਇਹਨਾਂ ਨੇ ਇਲੈਕਟੋਰਲ ਬੌਂਡ ਲਿਆ ਇਹਨਾਂ ਨੇ 41 ਕਰੋੜ ਰੁਪਇਆ, ਉਹਦੇ ਵਿੱਚ ਨਿਰਮਲਾ ਸੀਤਾਰਮਨ ਜੀ ਦਾ ਵੀ ਨਾਂ ਆਇਆ। ਸੋ ਉਹਦੀ ਵੀ ਜਾਂਚ ਕਰਨ। ਸੋ ਇਸੇ ਤਰ੍ਹਾਂ ਮੈਂ ਵਾਲੀਆ ਸਾਹਿਬ ਬੇਨਤੀ ਕਰੂੰਗਾ ਕਿ ਪਿੱਛੇ 53 ਦਵਾਈਆਂ ਦੇ ਸੈਂਪਲ ਫੇਲ ਹੋਏ ਆ, ਜਿਨ੍ਹਾਂ ਦੇ ਵਿੱਚ ਬੜੀਆਂ ਨਾਮਵਰ ਕੰਪਨੀਆਂ ਵੀ ਆਈਆਂ। ਇੱਕ ਸਿਪਲਾ ਕੰਪਨੀ ਆਈ ਹੈ ਜਿਹਦੀ ਇੱਕ ਸ਼ਾਇਦ ਮੋਂਟੇਅਰ LC ਟੇਬਲੇਟ ਹੈ, ਉਹਦਾ ਵੀ ਸੈਂਪਲ ਫੇਲ ਹੋਇਆ। ਹੁਣ ਜਿਹੜੀ ਉਹ ਸਿਪਲਾ ਕੰਪਨੀ ਹੈ ਉਹਦੇ ਤੋਂ ਬੀਜੇਪੀ ਨੇ 61 ਕਰੋੜ ਰੁਪਇਆ ਲਿਆ। ਹੁਣ ਇਹਨਾਂ ਨੇ ਤਾਂ ਉਹਨਾਂ ਤੋਂ ਫੰਡ ਲੈ ਲਿਆ 61 ਕਰੋੜ ਰੁਪਇਆ, ਪਰ ਲੋਕ ਤਾਂ ਮਿੱਟੀ ਖਾਈ ਜਾਂਦੇ ਆ ਨਾ। ਲੋਕ ਤਾਂ ਹੁਣ ਅੱਜ ਅਸੀਂ ਦਵਾਈ ਲੈਣ ਜਾਂਦੇ ਹਾਂ, ਅਸੀਂ ਤਾਂ ਸਿਪਲਾ ਦੇ ਨਾਂ ਤੇ ਚਾਹੇ 400 ਰੁਪਇਆ, 500 ਰੁਪਇਆ ਦਾ ਪੱਤਾ ਹੋਵੇ, ਅਸੀਂ ਨਾ ਹੀ ਉਹਨਾਂ ਦਾ ਇੰਨਾ ਵੱਡਾ ਅਸੀਂ ਭਰ ਦਿੰਦੇ ਹਾਂ। ਪਰ ਵਿੱਚ ਸਾਨੂੰ ਕੀ ਪਤਾ ਕਿ ਉਹਦੇ ਵਿੱਚ ਤਾਂ ਹੈ ਹੀ ਮਿੱਟੀ ਇਕੱਠੀ ਕਰੀ ਹੈ। ਇਸੇ ਤਰ੍ਹਾਂ ਸਨ ਫਾਰਮਾ ਤੋਂ ਵੀ ਇਹਨਾਂ ਨੇ 31 ਕਰੋੜ ਰੁਪਇਆ ਲਿਆ, ਉਹਦੇ ਵੀ ਸੈਂਪਲ ਫੇਲ ਹੋਇਆ। ਸੋ ਅਸੀਂ ਕਹਿੰਦੇ ਕਿ ਜਾਂਚ ਕਰਵਾਓ, ਕਿਸਾਨ ਜਥੇਬੰਦੀਆਂ ਦੇ ਆਗੂ ਉਹਨਾਂ ਦੀ ਵੀ ਜਾਂਚ ਕਰਵਾਓ। ਪਰ ਜਿਹੜੇ ਤੁਸੀਂ ਐਡੇ ਐਡੇ ਵੱਡੇ ਘਪਲੇ ਕੀਤੇ ਹੈ, ਜਾਂ ਅਡਾਨੀ ਨੇ ਵੱਡੇ ਵੱਡੇ 8.5 ਲੱਖ ਕਰੋੜ ਜਿਹੜਾ ਉਹਨਾਂ ਨੇ ਲੋਕਾਂ ਦਾ ਡਬੋਇਆ, ਉਹਦਾ ਵੀ ਤੁਸੀਂ ਜਾਂਚ ਕਰਵਾਓ। ਸੋ ਇਸ ਕਰਕੇ ਇਹਨਾਂ ਦੇ ਇਹ ਬਿਆਨ ਦੇ ਦਿੰਦੇ ਆ ਵਾਲੀਆ ਸਾਹਿਬ, ਪਰ ਬੈਕ ਤੇ ਇਹਨਾਂ ਦੇ ਕੋਈ ਖੜਦਾ ਵੀ ਨਹੀਂ। ਹੁਣ ਹਰਜੀਤ ਗਰੇਵਾਲ ਤੋਂ ਪੁੱਛਿਆ ਕਿ ਤੁਸੀਂ ਸਹਿਮਤ ਹੈ ਬਿਆਨ ਦੇ ਨਾਲ, ਹਰਜੀਤ ਗਰੇਵਾਲ ਅਸੀਂ ਤਾਂ ਸਹਿਮਤ ਹੀ ਨਹੀਂ ਗੇ, ਇਹ ਤਾਂ ਉਹਨਾਂ ਦਾ ਨਿੱਜੀ ਬਿਆਨ ਹੋ ਸਕਦਾ। ਜੇ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ MSP ਨੂੰ ਲੈ ਕੇ ਕਿ MSP ਛੇਤੀ ਖਤਮ ਕਰਾਂਗੇ, ਉਹਦੇ ਤੇ ਵੀ ਉਹ ਕਹਿੰਦੇ ਉਹਨਾਂ ਦਾ ਨਿੱਜੀ ਬਿਆਨ ਹੋ ਸਕਦਾ, ਅਸੀਂ ਤਾਂ ਸਹਿਮਤ ਨਹੀਂ। ਸੋ ਇੱਕ ਪਾਸੇ ਤਾਂ ਇਹਨਾਂ ਨੇ 3-4 ਵੱਡੇ ਲੀਡਰ ਰੱਖੇ ਆ, ਇਹਨਾਂ ਨੇ ਰਵਨੀਤ ਬਿੱਟੂ ਹੋ ਗਏ, ਕੰਗਨਾ ਰਣੌਤ ਹੋ ਗਏ, ਜਾਂ ਕੈਪਟਨ ਸਾਹਿਬ ਹੋ ਗਏ, ਜਾਂ ਮਨੋਹਰ ਲਾਲ ਖੱਟਰ ਹੋ ਗਏ, ਉਹ ਤਾਂ ਸਿੱਧੇ ਡਾਇਰੈਕਟ ਕਿਸਾਨਾਂ ਦੇ ਉੱਤੇ ਬਿਆਨ ਦੇ ਰਹੇ ਆ, ਔਰ ਪਿੱਛੇ ਪਾਰਟੀ ਕਹਿ ਦਿੰਦੀ ਇਹਨਾਂ ਦੇ ਨਿੱਜੀ ਬਿਆਨ ਹੈ। ਸੋ ਇਸ ਕਰਕੇ ਵਾਲੀਆ ਸਾਹਿਬ, ਇਹ ਕੋਈ ਨਿੱਜੀ ਬਿਆਨ ਨਹੀਂ, ਇਹ ਗਿਣੀ ਮਿੱਥੀ ਇਹਨਾਂ ਦੀ ਸਾਜਿਸ਼ ਹੈ। ਇੱਕ ਤਰ੍ਹਾਂ ਦੀ ਸਿੱਧੀ ਕਿਸਾਨਾਂ ਨੂੰ ਇਹ ਧਮਕੀ ਹੈ ਕਿ ਕਿਸਾਨ ਬਾਰਡਰਾਂ ਦੇ ਉੱਤੇ ਜਿਹੜਾ ਉਹ ਵੀ ਹੱਥ ਢਿੱਲਾ ਕਰਨ, ਔਰ ਆ ਜਿਹੜਾ ਜਿਮਣੀ ਚੋਣ ਚੱਲ ਰਹੀ ਹੈ ਜਿੱਥੇ ਉਹਨਾਂ ਦਾ ਘਰਾਓ ਹੋ ਰਿਹਾ,
ਉੱਥੋਂ ਵੀ ਥੋੜਾ ਜਿਹਾ ਕਿਸਾਨ ਹੈ ਜਿਹੜੇ ਪੈਰ ਪਿੱਛੇ ਖਿੱਚਣ। ਇਸ ਵਾਸਤੇ ਸਿੱਧੀ ਡਾਇਰੈਕਟ ਬਿੱਟੂ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਧਮਕੀ ਦਿੱਤੀ। ਬਿਲਕੁਲ, ਬਿੱਟੂ ਨੇ ਤਾਂ ਇੱਕ ਹੋਰ ਵੀ ਵਿਵਾਦਤ ਬਿਆਨ ਦਿੱਤਾ। ਹੁਣ ਪਤਾ ਨਹੀਂ, ਤਾਂ ਹੀ ਤਾਂ ਮੈਂ ਕਹਿਣਾ ਕਿ ਕਿਸਾਨ ਆਪਸ ਚ ਉਲਝ ਗਏ ਨਾ, ਨਹੀਂ ਤਾਂ ਉਹਦਾ ਇਹ ਕਹਿਣਾ ਕਿ ਕਿਸਾਨ ਹਰੀ ਕ੍ਰਾਂਤੀ ਜਿਹੜੀ ਹੈ ਉਹ ਕ੍ਰੈਡਿਟ ਕਿਸਾਨਾਂ ਨੂੰ ਵੀ ਦੇ ਰਹੇ। ਬਿੱਟੂ ਸਾਹਿਬ ਉਹ ਕਹਿੰਦੇ ਡੋਡੇ ਭੁੱਕੀ ਅਫੀਮ ਇਹਨੂੰ ਕ੍ਰੈਡਿਟ ਦਿਓ ਤਾਂ ਹਰੀ ਕ੍ਰਾਂਤੀ ਆਈ ਹੈ। ਵੀ ਕਮਾਲ ਹੈ, ਕਈ ਕਈ ਵਾਰੀ ਤਾਂ ਅਜੀਬ ਲੱਗਦਾ ਗੱਲਾਂ ਕਿ ਬੰਦਾ ਇੱਥੇ ਪਹੁੰਚ ਕੇ ਇਹੋ ਜਿਹੀਆਂ ਗੱਲਾਂ ਕਰਦਾ। ਖੈਰ ਇਹ ਚਰਚਾ ਆਪਾਂ ਜਾਰੀ ਰੱਖਾਂਗੇ, ਇੱਕ ਬ੍ਰੇਕ ਲੈ ਲਈਏ, ਮਿਲਦੇ ਹਾਂ ਬ੍ਰੇਕ। ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਦਿਲਬਾਗ ਸਿੰਘ ਵਿਰਕ ਸਾਹਿਬ, ਜਿਸ ਤਰੀਕੇ ਨਾਲ ਚੱਲਦੀ ਚੋਣ ਚ ਬਿਆਨ ਆਇਆ, ਕੀ ਲੱਗਦਾ ਕੀ ਹੈ ਤੁਹਾਨੂੰ, ਇਹ ਮਨਪ੍ਰੀਤ ਬਾਦਲ ਨੂੰ ਫਾਇਦਾ ਦੇਊ, ਨੁਕਸਾਨ ਦੇਊ, ਜਾਂ ਇੱਥੇ ਕੀ ਰਣਨੀਤੀ ਹੈ ਕਾਂਸਟੀਚੁਐਂਸੀ ਚ ਜਿਹੜੀ ਹਲਕਾ ਪੱਧਰ ਤੇ, ਕੀ ਰਣਨੀਤੀ ਹੋ ਸਕਦੀ ਹੈ ਪਿੱਟੂ ਦੀ? ਵੇਖੋ, ਇਹ ਤਾਂ ਜਿਵੇਂ ਸਾਰੇ ਬੁਲਾਰਿਆਂ ਨੇ ਕਿਹਾ, ਮੈਂ ਵੀ ਉਸ ਚੀਜ਼ ਨੂੰ ਮੰਨਦਾ ਹੈ ਕਿ ਜਿਹੜਾ ਕਿਸਾਨਾਂ ਨੂੰ ਡਰਾਉਣ ਵਾਸਤੇ, ਕਿਉਂਕਿ ਵੇਖੋ ਕੋਈ ਵੀ ਪਾਰਟੀ ਵੀ ਜਿਹੜੀ ਸੰਸਥਾ ਉਹਦਾ ਕੋਈ ਆਗੂ ਤਾਂ ਬਣੇਗਾ ਨਾ ਕੋਈ। ਜੇ ਕੋਈ ਮੰਨ ਲਓ ਮਨਪ੍ਰੀਤ ਨੂੰ ਸਵਾਲ ਖੜੇ ਕਰ, ਕਿਸਾਨ ਜਥੇਬੰਦੀਆਂ ਗਈਆਂ, ਉਹਨਾਂ ਦੀ ਕਿਸੇ ਨਾ ਕਿਸੇ ਨੇ ਅਗਵਾਈ ਤਾਂ ਕੀਤੀ ਹੋਵੇਗੀ ਨਾ। ਜਦੋਂ ਅਗਵਾਈ ਕਰਨ ਵਾਲੇ ਬੰਦੇ ਨੂੰ ਆਪਾਂ ਥਰਟ ਕਰ ਦਿਆਂਗੇ, ਉਹਨੂੰ ਧਮਕਾ ਦਿਆਂਗੇ ਕਿ ਤੇਰੀ ਜਾਇਦਾਦ ਦੀ ਜਾਂਚ ਕਰਾਂਗੇ। ਹੁਣ ਹਾਲਾਤ ਸਾਡੇ ਦੇਸ਼ ਦੇ ਕੀ ਨੇ, ਇੱਥੇ ਕਿਸੇ ਨੇ ਕੁਛ ਵੇਖਣਾ? ਅਗਲਾ ਹਰ ਬੰਦਾ ਡਰਦਾ ਹੈ ਕਿ ਮੈਂ ਕਿਉਂ ਐਵੇਂ ਪੰਗੇ ਜੇ ਫੜਿਆ ਫਿਰਾਂਗਾ, ਕੱਲ ਨੂੰ ਹੋ ਸਕਦਾ ਮੇਰੇ ਕੋਈ ਐਵੇਂ ਨਜੇਲਾ ਪਾ ਦੇਣ, ਕਿਉਂਕਿ ਬਹੁਤ ਵੱਡਾ ਰਿਵਾਜ ਹੈ ਇਸ ਦੁਨੀਆਂ ਦੇ ਵਿੱਚ ਪਰਚੇ ਪਾਉਣ ਦਾ ਵੀ ਆਪਣੇ ਹਿੰਦੁਸਤਾਨ 'ਚ ਹੈਗਾ। ਇਸ ਕਰਕੇ ਇਹ ਇੱਕ ਧਮਕਾਉਣ ਵਾਲੀ ਰਾਜਨੀਤੀ ਹੈ। ਤੇ ਦੂਜੀ ਬੇਨਤੀ ਜਿਹੜੀ ਮੈਂ ਪਹਿਲਾਂ ਕਰਤੀ ਤੁਹਾਨੂੰ ਕਿ ਇੱਕ ਪਾੜਾ ਪਾਉਣ ਦੀ ਵੀ ਬੜੀ ਵੱਡੀ ਕੋਸ਼ਿਸ਼ ਹੈ ਕਿ ਛੋਟੇ ਵਰਗ ਨੂੰ ਜਿਹੜਾ ਵਰਗਲਾਇਆ ਜਾ ਰਿਹਾ, ਭਾਵੇਂ ਉਹ ਮਜ਼ਦੂਰ ਵਰਗ ਹੈ ਭਾਵੇਂ ਛੋਟਾ ਕਿਸਾਨ ਹੈ, ਉਹਨਾਂ ਨੂੰ ਵੱਡੇ ਕਿਸਾਨਾਂ ਦੇ ਖਿਲਾਫ ਖੜਾ ਕਰਨ ਵਾਲੀ ਵੀ ਇਹ ਬੜੀ ਵੱਡੀ ਇੱਕ ਸਾਜ਼ਿਸ਼ ਹੈ ਜਿਹੜੀ ਕਿ ਸਾਡੇ ਲੋਕਾਂ ਨੂੰ ਸਮਝ ਲੈਣੀ ਚਾਹੀਦੀ ਹੈ। ਤੇ ਸਾਨੂੰ ਇਸ ਚੀਜ਼ ਦਾ ਮੂੰਹ ਤੋੜ ਜਵਾਬ ਦੇਣਾ ਪਏਗਾ। ਜਿੰਨਾ ਅਸੀਂ ਸੰਘਰਸ਼ ਲੜ ਲਿਆ, ਜਿੰਨੀਆਂ ਅਸੀਂ ਸ਼ਹੀਦੀਆਂ ਦੇ ਦਿੱਤੀਆਂ, ਜਿੰਨਾ ਕੁਛ ਸਾਡਾ ਅੱਜ ਸਤਰ ਬਣਿਆ ਕਿਸਾਨੀ ਦਾ, ਜਾਂ ਮਾੜੇ ਹਾਲਾਤ ਵੀ ਨੇ, ਉਹਨਾਂ ਹਾਲਾਤਾਂ ਨੂੰ ਵੇਖਦਿਆਂ ਜੇਕਰ ਸਾਡੀਆਂ ਜਥੇਬੰਦੀਆਂ ਅੱਜ ਇਕਜੁੱਟ ਨਾ ਹੋਈਆਂ, ਤੇ ਵੇਖੋ ਆਉਣ ਵਾਲੇ ਦਿਨਾਂ ਦੀਆਂ ਸਾਹਿਬ ਉਹ ਕਾਮਯਾਬ ਹੋਣਗੇ ਵੀ, ਤੇ ਉਹ ਨੁਕਸਾਨ ਵੀ ਕਿਸਾਨੀ ਦਾ ਵੱਡੇ ਪੱਧਰ ਦਾ ਇਹ ਕਰ ਸਕਦੇ ਹੈ। ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ, ਕਿਉਂਕਿ ਜਿਹੜੀ ਉਹਨਾਂ ਦੀ ਮਨਸ਼ਾ ਉਹ ਜਾਪ ਰਹੀ ਹੈ, ਸਿੱਧੇ ਆਮ ਜਾਪ ਰਹੀ ਹੈ। ਬਿਰਖ ਸਾਹਿਬ ਤੁਸੀਂ ਕਿਸਾਨਾਂ ਨੂੰ ਤਾਂ ਸਲਾਹ ਦਿੱਤੀ, ਸਿਆਸੀ ਪਾਰਟੀਆਂ ਨੂੰ ਵੀ, ਅਕਾਲੀ ਦਲ ਨੂੰ ਵੀ ਰਿਐਕਟ ਕਰਨਾ ਚਾਹੀਦਾ ਸੀ। ਹੁਣ ਤੁਸੀਂ ਜ਼ਰੂਰ ਇਸ ਪਲੇਟਫਾਰਮ ਤੋਂ ਕਰ ਰਹੇ ਹੋ। ਜਗਮੀਤ ਸਿੰਘ ਢਿੱਲੋਂ ਸਾਹਿਬ, ਵਾਲੀਆ ਸਾਹਿਬ, ਦੇਖੋ ਗੱਲ ਤਾਂ ਸਿੱਧੀ ਸਿੱਧੀ ਹੈ ਕਿ ਪਹਿਲਾਂ ਤਾਂ ਇਹ ਨੀਤੀਆਂ ਘੜਦੇ ਸਨ ਬੀਜੇਪੀ ਵਾਲੇ, ਜਿਹਦੇ ਨਾਲ ਸਮੁੱਚੇ ਕਿਸਾਨ ਪ੍ਰਭਾਵਿਤ ਹੁੰਦੇ ਸਨ, ਸਮੁੱਚੀ ਕਿਸਾਨੀ ਖਿੱਤਾ ਪ੍ਰਭਾਵਿਤ ਹੁੰਦਾ ਸੀ। ਹੁਣ ਇਹਨਾਂ ਨੇ ਆਪਣੀ ਜਿਹੜੀ ਪਲੈਨਿੰਗ ਹੈ ਉਸਨੂੰ ਚੇਂਜ ਕੀਤਾ ਹੈ, ਅਸੀਂ ਸਮੁੱਚੇ ਖਿੱਤੇ ਨੂੰ ਇਫੈਕਟ ਨਾ ਕਰੀਏ, ਅਸੀਂ ਚੁਣ ਕੇ ਕੁਝ ਉਹਨਾਂ ਦੇ ਪ੍ਰਮੁੱਖ ਆਗੂਆਂ ਦੇ ਵਿੱਚ ਡਰ ਪੈਦਾ ਕਰੀਏ। ਹੁਣ ਜਿਹੜੇ ਜਥੇਬੰਦੀ ਦੇ ਆਗੂ ਮਨਪ੍ਰੀਤ ਬਾਦਲ ਨੂੰ ਘੇਰ ਰਹੇ ਨੇ, ਜਾਂ ਰਵੀਕਰਨ ਕਾਹਲੋਂ ਨੂੰ, ਡੇਰੇ ਬਾਬੇ ਨਾਨਕ ਘੇਰ ਰਹੇ ਨੇ, ਜਾਂ ਕੇਵਲ ਢਿੱਲੋਂ ਨੂੰ ਘੇਰ ਰਹੇ ਨੇ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਜਿਹੜਾ ਥ੍ਰੈਟ ਪਰਸੈਪਸ਼ਨ ਕ੍ਰੀਏਟ ਕਰਨ ਦੀ ਗੱਲ ਹੈ ਜੋ ਬਿੱਟੂ ਜੀ ਵੱਲੋਂ ਕੀਤੀ ਜਾ ਰਹੀ ਹੈ, ਉਹਦੇ ਵਿੱਚ ਉਹ ਚਾਹੁੰਦੇ ਨੇ ਕਿ ਅਸੀਂ ਕਾਮਯਾਬ ਹੋ ਸਕੀਏ। ਇਹ ਵੀ ਹੋ ਸਕਦਾ ਵਾਲੀਆ ਸਾਹਿਬ ਕਿ ਚੋਣਾਂ ਤੋਂ ਬਾਅਦ ਇੱਕ ਦੋ ਨੂੰ ਟਾਰਗੇਟ ਕੀਤਾ ਜਾਵੇ,
ਦੇਖੋ ਇਹ ਕੁਛ ਵੀ ਪੋਸੀਬਲ ਹੈ, ਅਸੀਂ ਇਹ ਨਹੀਂ ਕਹਿੰਦੇ ਕਿ ਕਿਸਾਨ ਆਗੂਆਂ ਨੇ ਪੈਸਾ ਇਕੱਠਾ ਕੀਤਾ, ਬਟ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਵਾਲੀਆਂ ਸਭ ਵੰਡੀਆਂ ਨੇ ਨਾ, ਅਗਰ ਕਿਸੇ ਕਿਸਾਨ ਜਥੇਬੰਦੀ ਦੇ ਆਗੂ ਨੂੰ ਉਸ ਤੇ ਦਾਗ ਲਾਉਣਾ ਹੋਵੇ, ਉਸਦੇ ਘਰੇ ਕੋਈ ਰੇਡ ਭਰਵਾ ਕੇ ਉਸ ਨੂੰ ਦਾਗੀ ਬਣਾ ਕੇ ਕਰ ਸਕਦੇ ਨੇ। ਐਂਡ ਇੱਕ ਗੱਲ ਤੋਂ ਮੈਂ ਹੈਰਾਨ, ਇੱਥੇ ਆਪ ਪਾਰਟੀ ਦੇ ਆਗੂ ਵੀ ਬੈਠੇ ਨੇ ਵਾਲੀਆ ਸਾਹਿਬ, ਆਪ ਪਾਰਟੀ ਦੇ ਸਾਡੇ ਮੁੱਖ ਮੰਤਰੀ ਨੇ ਜੋ ਪੰਜਾਬ ਦੇ ਹੀ ਨੇ, ਮਾਣਯੋਗ ਭਗਵੰਤ ਮਾਨ ਜੀ, ਪਤਾ ਨੀ ਉਹਨਾਂ ਦੀ ਕਿਹੜੀ ਸਾਂਝ ਹੈ, ਕਿਹੜੀ ਗੰਢ ਧੁੱਪ ਹੈ, ਬਿੱਟੂ ਜੀ ਦੇ ਖਿਲਾਫ ਇੱਕ ਗੱਲ ਨੀ ਬੋਲੇ। ਜਿਹੜੇ ਬਾਜਵਾ ਸਾਹਿਬ ਜਦੋਂ ਕਿਸਾਨਾਂ ਦੀ ਹੱਕ ਦੀ ਗੱਲ ਕਰਦੇ ਨੇ, ਖਹਿਰਾ ਸਾਹਿਬ ਹੱਕ ਦੀ ਗੱਲ ਕਰਦੇ ਨੇ, ਤੇ ਉਹਨਾਂ ਨੂੰ ਤਾਂ ਉੱਡ ਉੱਡ ਪੈਂਦੇ, ਉਹਨਾਂ ਦੇ ਪਰਚੇ ਕਰਾਉਂਦੇ ਨੇ, ਉਹਨਾਂ ਨੂੰ ਕਹਿੰਦੇ ਮੇਰੀਆਂ ਅੱਖਾਂ ਚ ਅੱਖਾਂ ਪਾ ਕੇ ਦੇਖ ਵਿਧਾਨ ਸਭਾ ਦੇ ਅੰਦਰ ਦੀਆਂ ਗੱਲਾਂ ਨੇ, ਤੇ ਹੁਣ ਕਿਹੜਾ ਸੱਪ ਸੁੰਘਿਆ ਇਹਨਾਂ ਨੂੰ। ਮੈਂ ਤੁਹਾਡੇ ਟੀਵੀ ਤੇ ਕਹਿ ਰਿਹਾ, ਇਹ ਆਪ ਸਰਕਾਰ ਵੀ ਚਾਹੁੰਦੀ ਹੈ ਕਿ ਕਿਸਾਨਾਂ ਤੇ ED ਜਾਂ IT ਵਾਲੇ ਕੋਈ ਕਾਰਵਾਈ ਕਰ ਦੇਣ, ਇਹਨਾਂ ਦੇ ਆਗੂਆਂ ਦੇ ਕਰ ਦੇਣ। ਅੱਜ ਸੁੱਖੀ ਰੰਧਾਵਾ ਗਰਜਦਾ ਹੈ, ਪ੍ਰਤਾਪ ਬਾਜਵਾ ਗਰਜਦਾ ਹੈ ਕਿ ਕਿਸੇ ਕਿਸਾਨ ਆਗੂ ਤੇ ਧੱਕਾ ਨਹੀਂ ਹੋਣ ਦਿਆਂਗੇ, ਤੇ ਭਗਵੰਤ ਮਾਨ ਕਿੱਥੇ ਹੈ? ਕਿਉਂ ਨੀ ਭਗਵੰਤ ਮਾਨ ਬੋਲਦਾ? ਇਹ ਪੰਜਾਬ ਸਰਕਾਰ ਦੀ ਚੁੱਪੀ ਬਹੁਤ ਸਵਾਲ ਖੜੇ ਕਰਦੀ ਹੈ ਕਿ ਅਸੀਂ ਸਹਿਮਤੀ ਦਿੰਦੇ ਹਾਂ ਜਾਂ ਸਹਿਮਤੀ ਦਿੰਦੇ ਹਾਂ। ਇਹ ਵੀ ਇੱਕ ਪੁਆਇੰਟ ਹੈ ਵਾਲੀਆ ਸਾਹਿਬ, ਇਹਦੇ ਨਾਲ ਇਹ ਫੈਕਟ ਕਰਨਾ ਚਾਹੁੰਦੇ ਨੇ। ਤੇ ਹੁਣ ਮੈਂ ਦੇਖ ਰਿਹਾ ਕਿ ਪਰਸੋਂ ਜਦੋਂ ਤੋਂ ਬਿਆਨ ਦਿੱਤਾ ਹੈ, ਵੈਸੇ ਤਾਂ ਜਥੇਬੰਦੀਆਂ ਜਦੋਂ ਹਰਜੀਤ ਗਰੇਵਾਲ ਹੋਣੀ ਬਿਆਨ ਦਿੰਦੇ ਸਨ, ਇੱਕ ਜਾਂ ਦੋ ਦਿਨ ਵੀ ਨਹੀਂ ਸਿੱਟ ਪਾਉਂਦੇ ਤੇ ਉਹਦੇ ਘਰ ਮੂਹਰੇ ਇਕੱਠੇ ਹੋ ਜਾਂਦੇ ਸਨ। ਬਟ ਹੁਣ ਕੋਈ ਵੀ ਕਿਸੇ ਵੱਲੋਂ ਵੀ ਕੋਈ ਸਖ਼ਤ ਐਕਸ਼ਨ ਦਿਖਦਾ ਨਹੀਂ ਦਿਖਾਈ ਦੇ ਰਿਹਾ, ਜਿਵੇਂ ਤੁਸੀਂ ਕਿਹਾ ਹੈ ਕਿ ਟੀਵੀ ਤੇ ਬਸ ਮਾੜਾ ਮੋਟਾ ਬਿਆਨ ਹੀ ਆਇਆ ਹੈ। ਮਤਲਬ ਕਿਤੇ ਨਾ ਕਿਤੇ ਜੋ ਥ੍ਰੈਟ ਬਣਾਉਣਾ ਚਾਹੁੰਦੇ ਸਨ ਉਹ ਬਣਦਾ ਨਜ਼ਰ ਆ ਰਿਹਾ, ਬਣਦਾ ਨਜ਼ਰ ਆ ਰਿਹਾ, ਤੇ ਇਸ ਤੋਂ ਬਾਅਦ ਨਤੀਜੇ ਵੀ ਦੇਖਣ ਨੂੰ ਮਿਲ ਸਕਦੇ ਨੇ। ਢਿੱਲੋਂ ਸਾਹਿਬ, ਜਿਹੜਾ ਤੁਸੀਂ ਦੋਸ਼ ਲਾ ਰਹੇ ਹੋ, ਆਪਾਂ ਕੁਲਵਿੰਦਰ ਬਰਾੜ ਨੂੰ ਪੁੱਛ ਲੈਂਦੇ ਹਾਂ, ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ। ਬਰਾੜ ਸਾਹਿਬ, ਦੇਖੋ ਵਾਲੀਆ ਸਾਹਿਬ, ਮੈਨੂੰ ਸਮਝ ਨਹੀਂ ਆਉਂਦੀ ਕਿ ਢਿੱਲੋਂ ਸਾਹਿਬ ਕਿਸ ਤਰ੍ਹਾਂ ਦਾ ਇਹ ਅੱਜ ਤੱਥ ਰੱਖ ਰਹੇ ਹੈ ਕਿ ਰਵਨੀਤ ਬਿੱਟੂ ਦੇ ਉੱਤੇ ਕੋਈ ਐਕਸ਼ਨ ਨਹੀਂ ਲੈਂਦੇ ਗੇ ਕੋਈ। ਦੇਖੋ ਪੰਜਾਬ ਸਰਕਾਰ ਪਹਿਲੀ ਸਰਕਾਰ ਹੈ ਜਿਹੜੀ ਕਿਸੇ ਨੂੰ ਵੀ ਚਾਹੇ ਕਰਪਸ਼ਨ ਕਰੀ ਹੈ, ਚਾਹੇ ਕਿਸੇ ਨੇ ਭ੍ਰਿਸ਼ਟਾਚਾਰ ਕਰਿਆ, ਉਹ ਸਾਰੇ ਟੰਗੇ ਹੈ। ਹੁਣ ਇਹਨਾਂ ਦੇ ਤਾਂ ਕਾਂਗਰਸ ਦੇ ਤਾਂ ਆਪ ਭਾਰਤ ਭੂਸ਼ਣ ਆਸ਼ੂ ਵਰਗੇ ਜੇਲ੍ਹਾਂ 'ਚ ਹੈ, ਇਹਨਾਂ ਨੂੰ ਤਾਂ ਇਹ ਗੱਲ ਕਰਨੀ ਨਹੀਂ ਚਾਹੀਦੀ। ਔਰ ਰਵਨੀਤ ਬਿੱਟੂ ਤੋਂ ਅਸੀਂ ਕਿਹੜਾ ਡਰਦੇ ਹਾਂ ਜਾਂ ਸਾਡਾ ਕਿਹੜਾ ਉਹ ਕੋਈ ਰਿਸ਼ਤੇਦਾਰ ਲੱਗਦਾ ਵੀ ਉਹਦੇ ਤੇ ਅਸੀਂ ਜਾਂਚ ਨਾ ਕਰਾਵਾਂਗੇ? ਅਗਰ ਜੇ ਰਵਨੀਤ ਬਿੱਟੂ ਦਾ ਕਰ ਰਿਹਾ ਹੋਊਗਾ, ਕਿਹੜੀ ਕਰਪਸ਼ਨ ਦੀ ਕਹਿ ਰਹੇ ਹੋ? ਤੇ ਵੀ ਜਾਂਚ ਉਹਨਾਂ ਤੇ ਤਾਂ ਮੀਤ ਹੇਰ ਦੀ ਗੱਡੀ 'ਚ ਬੈਠਾ ਹੁੰਦਾ। ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਪਰਚਾ ਤਾਂ ਦਰਜ ਕਰਿਆ ਆਪਦੇ ਮੰਤਰੀ ਦੇ ਉੱਤੇ। ਤੁਸੀਂ ਦੱਸ ਦਿਓ ਕਿੰਨੇ ਕੁ ਪਰਚੇ ਦਰਜ ਕਰਿਆ ਢਿੱਲੋਂ ਸਾਹਿਬ? ਮੈਂ ਤਾਂ ਹੈਰਾਨ ਹਾਂ, ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਆਪਦੇ ਮੰਤਰੀ ਦੇ ਉੱਤੇ ਪਰਚਾ ਦਰਜ ਕਰਿਆ, MLA ਦੇ ਉੱਤੇ ਪਰਚਾ ਦਰਜ ਕਰਿਆ। ਹੁਣ ਜੇ ਭਾਰਤੀ ਜੇ ਸਾਧੂ ਸਿੰਘ ਧਰਮਸੋਤ ਵਰਗੇ ਨੇ ਕਰਪਸ਼ਨ ਕਰੀ ਸੀ, ਅਸੀਂ ਪਰਚੇ ਦਰਜ ਕਰਤੇ, ਸਰਦਾਰ ਭਗਵੰਤ ਸਿੰਘ ਮਾਨ ਜੀ ਨਰਿੰਦਰ ਮੋਦੀ ਦੀਆਂ ਅੱਖਾਂ ਚ ਅੱਖਾਂ ਪਾ ਸਕਦੇ, ਤੇ ਬਿੱਟੂ ਸਾਡੇ ਅੱਗੇ ਕੀ ਹੈ? ਭਗਵੰਤ ਮਾਨ ਸਮਝੌਤਾ ਕੁਛ ਵੀ ਨੀਗਾ, ਪਹਿਲੇ ਸਮਝੌਤਾ ਭਗਵੰਤ ਮਾਨ ਹੈ ਜਿਹਦਾ ਪਾਰਲੀਮੈਂਟ ਮੈਂਬਰ ਨਰਿੰਦਰ ਮੋਦੀ ਦੀਆਂ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਰਹੇ ਸੀਗੇ। ਤੁਹਾਡੇ ਕੈਪਟਨ ਸਾਹਿਬ ਤਾਂ ਸਾਂਝਾ ਰੱਖਦੇ ਹੁੰਦੇ ਸੀਗੇ ਉਹਨਾਂ ਨਾਲ, ਢਿੱਲੋਂ ਸਾਹਿਬ ਤੁਸੀਂ ਗੱਲਾਂ ਕੀ ਕਰੋਗੇ? ਕਰ ਚੁੱਕਾ ਹੈ ਕੱਲਾ ਸੰਜੇ ਸਿੰਘ ਸਾਡੇ ਰਾਜ ਸਭਾ ਮੈਂਬਰ ਜਾਂ ਸਰਦਾਰ ਭਗਵੰਤ ਸਿੰਘ ਮਾਨ ਸੀ ਜਿਹਨਾਂ ਨੇ ਮੋਦੀ ਨੂੰ ਘੇਰਿਆ ਸੀਗਾ।
ਤੁਸੀਂ ਤਾਂ ਰਲੇ ਹੋਏ ਸੀਗੇ ਉਦੋਂ ਚਾਜੀ ਸਾਹਿਬ, ਤੁਸੀਂ ਕਿਹੜੀਆਂ ਗੱਲਾਂ ਕਰਦੇ ਆ? ਸੋ ਇਹ ਤਾਂ ਸਾਡੇ ਕੋਲ ਚੀਜ਼ ਲਿਖੀ ਆ, ਬਿੱਟੂ ਤਾਂ ਕੁਝ ਵੀ ਨਹੀਂਗਾ। ਜਦੋਂ ਦਿੱਲੀ ਜਾਣਾ ਹੈ ਭਗਵੰਤ ਮਾਨ ਜੀ ਇਹ ਜਿਹੜੇ ਸਮਝੌਤੇ ਤੇ ਲੋ ਸਾਹਿਬ ਸਮਝੌਤੇ ਸਮਝੌਤੇ ਦੀ ਗੱਲ ਸਾਡੀ ਨਾ ਕਰੋ ਸਾਨੂੰ। ਓਕੇ ਲੋ ਸਾਹਿਬ, ਮੈਂ ਥੋੜੇ ਅੱਗੇ ਜੇ ਟਾਈਮ ਮਿਲਿਆ ਮੈਂ ਤੁਹਾਡੀ ਇਕੱਲੇ ਇਕੱਲੇ ਦੀ ਦੁਬਾਰਾ ਗੱਲ ਸੁਣਦਾ, ਲੇਕਿਨ ਆਪਾਂ ਵਕੀਲ ਸਾਹਿਬ ਦੀ ਗੱਲ ਸੁਣ ਲਈਏ, ਉਹ ਵੀ ਕਾਫੀ ਚਿਰ ਤੋਂ ਬੈਠੇ ਨੇ ਸੋਚ ਰਹੇ ਨੇ। ਹਾਂਜੀ ਪ੍ਰਭਜੀਤਪਾਲ ਸਿੰਘ, ਜਿਹੜੀ ਗੱਲ ਪਹਿਲਾਂ ਕੀਤੀ ਵੀ ਰਾਜਨੀਤੀ ਕਰਨੀ, ਤੁਹਾਨੂੰ ਦਿੱਤਾ ਉਲਝਾ। ਹੁਣ ਜਿਹੜੀ ਗੱਲ ਮੈਂ ਪਹਿਲਾਂ ਕਰ ਰਿਹਾ ਸੀ ਵੀ ਛੋਟੇ ਛੋਟੇ ਕਿਸਾਨਾਂ ਨੂੰ ਦੱਬਣ ਲਈ ਜਿਹੜੀ ਕੇਂਦਰ ਸਰਕਾਰ ਦੀ ਰਾਜਨੀਤੀ ਹੈ, ਕਿਸਾਨ ਤੇ ਕਿਸਾਨੀ ਨੂੰ ਦੱਬਣ ਲਈ ਉਹਨਾਂ ਕਿਸਾਨਾਂ ਦੇ ਸੰਗਠਨ, ਜਿਹੜੇ ਕਿਸਾਨ ਆਗੂ ਨੇ ਜਾਂ ਕਿਸਾਨ ਸੰਗਠਨ ਨੇ, ਉਹਨਾਂ ਦੀ ਨੀਤੀ ਲਈ ਕਿਸਾਨੀ ਲਈ ਪਹਿਰਾ ਦੇ ਰਹੇ ਨੇ। ਸੋ ਉਹ ਉਹਨਾਂ ਦੀ ਅੱਖਾਂ 'ਚ ਰੜਕ ਰਹੇ ਨੇ, ਉਹ ਜਿਹੜੇ ਅੱਗੇ ਥੰਮ ਬਣ ਕੇ ਸੰਗਠਨ ਖੜੇ ਨੇ ਨਾ, ਉਹਨਾਂ ਨੂੰ ਦੱਬਣਾ ਚਾਹੁੰਦੇ ਨੇ। ਇਹ ਬੀਜੇਪੀ ਦੀ ਪਾਲਿਸੀ ਹੈ ਤੇ ਬਿੱਟੂ ਉਹਨਾਂ ਦੇ ਉਹਨਾਂ ਨੂੰ ਡਰਾਉਣਾ ਚਾਹੁੰਦਾ, ਔਰ ਇਹ ਪਾਰਟੀ ਦੀ ਆਈਡੀਓਲੋਜੀ ਹੈ ਵੀ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰੋ ਕਿ ਭੜਕਣ ਤੇ ਹੋਰ ਮੁੱਦਾ ਭੜਕੇ। ਸੋ ਅਸੀਂ ਇਹ ਬਹੁਤ ਹੀ ਸ਼ਰਮਿੰਦਗੀ ਭਰੀ ਗੱਲ ਹੈ। ਅੱਜ ਦੇਖੋ ਜਿਹੜੀ ਤੱਕ ਚੀਜ਼ ਕਿਸਾਨ ਨੇ ਵੇਚਣੀ ਹੈ ਉਹ ਮੰਡੀਆਂ ਦੇ ਵਿੱਚ ਰੁਲਦੀ ਪਈ ਹੈ, ਜਿਹੜੀ ਖਰੀਦਣੀ ਹੈ DAP ਉਹਦੀ ਕਾਲਾਬਾਜ਼ਾਰੀ ਹੋ ਰਹੀ ਹੈ, ਉਹ ਉਸ ਬਾਰੇ ਬਿਆਨਬਾਜ਼ੀ ਨਹੀਂ ਦਿੱਤੀ ਜਾਂਦੀ। ਔਰ ਉਸ ਤੋਂ ਵੱਡੀ ਗੱਲ ਜਿਹੜੀ 2 ਦਿਨ ਪਹਿਲਾਂ ਜਿਹੜੀ ਬੜੇ ਸਮੇਂ ਤੋਂ ਰੌਲਾ ਪੈ ਰਿਹਾ, ਕੱਟ ਲੱਗ ਰਿਹਾ ਕੱਟ ਲੱਗ ਰਿਹਾ, ਸੰਗਰੂਰ ਜ਼ਿਲ੍ਹੇ ਤੋਂ ਜਸਵਿੰਦਰ ਸਿੰਘ ਨਾਮ ਦਾ ਕਿਸਾਨ ਜਿਹੜਾ ਕੱਟ ਦੇ ਕਾਰਨ ਆਤਮ ਹੱਤਿਆ ਕਰ ਗਿਆ, ਉਹਦੇ ਹੱਕ 'ਚ ਤਾਂ ਉਹਦੇ ਤਾਂ ਕੋਈ ਨਹੀਂ ਪਹੁੰਚਿਆ, ਨਾ ਕੋਈ ਬੀਜੇਪੀ ਸੰਗਠਨ ਬੋਲਿਆ ਪਹੁੰਚਿਆ। ਔਰ ਜਿਹੜੇ ਅੱਜ ਤਰੀਕ ਸੀ ਸੁਪਰੀਮ ਕੋਰਟ ਦੇ ਵਿੱਚ, 3 ਮੁੱਦਿਆਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਕੇਸ ਫਾਇਲ ਸੀ ਪੰਜਾਬ ਸਰਕਾਰ ਵੱਲੋਂ। ਪੰਜਾਬ ਸਰਕਾਰ ਨੇ ਉੱਥੇ ਵੀ ਕਿਹਾ ਸੀ ਕਿ ਪਰਾਲੀ ਲਈ 500 ਰੁਪਇਆ ਪੰਜਾਬ ਸਰਕਾਰ ਦਿੰਦੀ ਹੈ, 500 ਰੁਪਇਆ ਦਿੱਲੀ ਦੇਗੀ, 1500 ਰੁਪਏ ਕੇਂਦਰ ਸਰਕਾਰ ਦੇਵੇ। ਅੱਜ ਵੀ ਉੱਥੇ ਰਿਪਲਾਈ ਨਹੀਂ ਫਾਇਲ ਹੋਇਆ। ਸੋ ਜਿਹੜੀਆਂ ਗੱਲਾਂ ਤੇ ਬੋਲਣਾ ਪੰਜਾਬ ਦੇ ਹਿੱਤ 'ਚ ਬੋਲਣਾ, ਮੈਂ ਤਾਂ ਇੱਕ ਸਪਸ਼ਟ ਗੱਲ ਕਰਾਂਗਾ, ਅਗਰ ਪੰਜਾਬ ਦੇ ਹਿੱਤਾਂ ਨੂੰ ਬਚਾਉਣਾ ਤਾਂ 3 ਬੰਦੇ ਨੇ ਵਾਲੀਆ ਸਾਹਿਬ, ਬਿੱਟੂ ਬਿੱਟਾ ਤੇ ਮੰਡ, ਤਿੰਨਾਂ ਦੇ ਰੱਖਣੇ ਪੈਣੇ ਨੇ ਮੂੰਹ ਬੰਦ, ਤਾਂ ਹੀ ਪੰਜਾਬ 'ਚ ਸ਼ਾਂਤੀ ਰਹੇਗੀ। ਇਹ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਭੜਕਾਉਂਦੇ ਰਹਿੰਦੇ ਨੇ, ਇਹ ਹੁਣ ਦੂਜੀ ਕੰਗਣਾ ਪੈਦਾ ਹੋ ਗਈ, ਦੂਜੇ ਤਾਂ ਕਹਿਣ ਕਹਿਣ ਆਪਣੇ ਸਾਨੂੰ ਅੱਤਵਾਦੀ ਕਹਿਣ ਲੱਗ ਗਏ। ਸੋ ਇਸ ਗੱਲ ਦੀ ਬਿਆਨਬਾਜ਼ੀ ਦੀ ਨਿਖੇਧੀ ਕਰਦੇ ਹੋ, ਉਹਦੀ ਗੱਲ ਇਕੱਠੇ ਹੋਣ ਦੀ ਗੱਲ ਕਰਦੇ ਆ। ਵਾਲੀਆ ਸਾਹਿਬ ਦੇਖੋ ਤੁਹਾਡੇ ਸਾਹਮਣੇ ਪਾਰਟੀਆਂ ਬੈਠੀਆਂ ਨੇ, ਇਹ ਆਪਸ 'ਚ ਕਿਵੇਂ ਉਲਝ ਗਈਆਂ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ। ਸੋ ਬੜਾ ਵੱਡਾ ਸੰਗਠਨ ਹੈ ਕਿਸਾਨੀ ਸੰਗਠਨ, ਜਦੋਂ ਲੋੜ ਹੋਏਗੀ ਇਕੱਠੇ ਹੋਣਗੇ ਵੀ, ਔਰ ਸੰਗਠਨ ਮਜ਼ਬੂਤ ਵੀ ਹੈ, ਐਸੀ ਗੱਲ ਨਹੀਂ ਹੈਗੀ। ਔਰ ਜਿਹੜੀਆਂ ਪਾਰਟੀਆਂ, ਮੈਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਵੀ, ਅਗਰ ਕੋਈ ਤੁਸੀਂ ਅੰਨਦਾਤਾ ਮੰਨਦੇ ਹੋ, ਉਹਨਾਂ ਦੀਆਂ ਨੀਤੀਆਂ ਦੀ ਪੈਰਵੀ ਦੀ ਗੱਲ ਕਰਦੇ ਹੋ, ਤੁਸੀਂ ਵਿਧਾਨ ਸਭਾ ਸੈਸ਼ਨ ਸੱਦ ਲਓ, ਤੁਸੀਂ ਪਾਰਟੀਆਂ ਇਕੱਠੀਆਂ ਹੋ ਜਾਓ, ਤੁਸੀਂ ਪਾਰਟੀਆਂ ਇਕੱਠੀਆਂ ਹੋ ਕੇ ਤੁਸੀਂ ਕਿਸਾਨਾਂ ਦੀ ਗੱਲ ਕਰੋ, ਤੁਹਾਡੇ MP ਕਰਨ, ਤੁਹਾਡੇ MLA ਕਰਨ, ਕਿਸਾਨਾਂ ਨੂੰ ਤਾਂ ਉੱਠਣ ਦੀ ਲੋੜ ਹੀ ਨਹੀਂ, ਉਹਨਾਂ ਨੂੰ ਧਰਨਿਆਂ ਤੇ ਉਠਾਓ, ਤੁਸੀਂ ਵਿਧਾਨ ਸਭਾ 'ਚ ਬੈਠ ਕੇ ਸਾਰੀਆਂ ਪਾਰਟੀਆਂ ਇੱਕ ਮਤ ਹੋ ਕੇ ਮਤੇ ਪਾਸ ਕਰੋ ਕਿਸਾਨੀ ਦੇ ਹੱਕ 'ਚ। ਕਿਸਾਨ ਸੰਗਠਨਾਂ ਨੂੰ ਕੀ ਲੋੜ ਹੈ ਧਰਨਿਆਂ ਤੇ ਬੈਠਣ ਦੀ, ਜਾਂ ਇਹ ਤੁਹਾਡਾ ਕੰਮ ਹੈ ਸਗੋਂ ਬੈਠਣਾ। ਤੁਸੀਂ ਪੋਲੀਟੀਕਲ ਪਾਰਟੀਜ਼ ਕਿਉਂ ਨਹੀਂ ਗੱਲ ਕਰਦੀ ਹੈ, ਤੁਸੀਂ ਵਿਧਾਨ ਸਭਾ ਦੀ ਜਿਹੜੀ ਗੱਲ ਜਾਂ ਆਲ ਪਾਰਟੀ ਮੀਟਿੰਗ ਕਿਉਂ ਨਹੀਂ ਹਾਲੇ ਤੱਕ? ਸਰ ਆਪਾਂ ਪਹਿਲਾਂ ਵੀ ਇਹ ਤੇ ਗੱਲ ਕੀਤੀ ਹੈ ਕਿ ਮਸਲਾ ਐਡਾ ਵੱਡਾ ਸੀ ਝੋਨੇ ਦੀ ਖਰੀਦ ਦਾ, ਉਹਦੇ 'ਚ ਆਲ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਸੀ, ਇਹ ਗੱਲ ਪਹਿਲਾਂ ਵੀ ਅਸੀਂ ਉਠਾਈ ਸੀ। ਸਤਪਾਲ ਸਿੰਘ ਸਿੱਧੂ ਸਾਹਿਬ, ਲਾਸਟ ਕਮੈਂਟ ਤੁਹਾਡਾ। ਸਿੱਧੂ ਸਾਹਿਬ ਹੈਲੋ, ਹਾਂਜੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਆ ਰਹੀ ਹੈ। ਹੈਲੋ, ਹਾਂਜੀ ਹਾਂਜੀ ਕਰੋ ਗੱਲ। ਮੈਂ ਪਹਿਲੀ ਪਹਿਲੀ ਤਾਂ ਜਿਹੜੀ ਵਕੀਲ ਸਾਹਿਬ ਨੇ ਗੱਲ ਕਹੀ ਹੈ ਨਾ,
ਕਿ ਪਾਰਟੀਆਂ ਪੋਲੀਟੀਕਲ ਪਾਰਟੀਆਂ ਵੀ ਤਾਂ ਅੱਡੋ ਅੱਡੀ ਨੇ, ਚਲੋ ਕਿਸਾਨ ਯੂਨੀਅਨ ਇਕੱਠੀ ਵਾਲੇ, ਦੇਖੋ ਦੋਨਾਂ ਦੇ ਕੰਮ ਚ ਫਰਕ ਹੈ। ਪੋਲੀਟੀਕਲ ਪਾਰਟੀਆਂ ਨੇ ਵੋਟ ਪਿੱਛੇ ਲੜਨਾ ਹੈ, ਤੇ ਜਿਹੜੀਆਂ ਕਿਸਾਨ ਯੂਨੀਅਨ ਨੇ ਉਹਨਾਂ ਨੇ ਕਿਸਾਨਾਂ ਦੇ ਹਿੱਤਾਂ ਪਿੱਛੇ ਲੜਨਾ ਹੈ। ਬਹੁਤ ਵੱਡਾ ਫਰਕ ਹੈ, ਇਹਨੂੰ ਸਮਝਣ ਦੀ ਲੋੜ ਹੈ। ਜਿਹੜੀ ਤੁਸੀਂ ਜਿਸ 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 ਬੰਦਿਆਂ ਦੇ ਹਿੱਤਾਂ ਪਾਸ ਪਿੱਛੇ ਲੜਦੇ ਹੋ, ਉਹ ਹਿੱਤ ਤਾਂ ਇੱਕ ਨੇ, ਜਦੋਂ ਉਹਨਾਂ ਦੇ ਹਿੱਤ ਇੱਕ ਨੇ ਫਿਰ ਇਹ ਅੱਡੋ ਅੱਡੀ ਕਿਉਂ ਨੇ? ਦੇਖੋ ਉੱਥੇ ਹਿੱਤ ਇੱਕ ਨਹੀਂ ਹਨਗੇ, ਉੱਥੇ ਹਰ ਇੱਕ ਨੇ ਆਪਦੀ ਆਪਦੀ ਜਿੱਤ ਦਰਜ ਕਰਾਉਣੀ ਹੈ, ਆਪਦੀ ਮਿਨਿਸਟਰੀ ਚਲਾਉਣੀ ਹੈ ਪੋਲੀਟੀਕਲ ਪਾਰਟੀਆਂ ਨੇ। ਇੱਥੇ ਸਾਰੇ ਕਿਸਾਨਾਂ ਦੇ ਇੱਕੋ ਹਿੱਤ ਨੇ ਕਿ ਉਹਨਾਂ ਨੂੰ ਕਿਵੇਂ ਬਚਾਇਆ ਜਾਵੇ ਲੁੱਟਣ ਤੋਂ, ਉਹਨਾਂ ਦੇ ਖਿਲਾਫ ਜਿਹੜੀ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਨੇ ਜਿਹਨੂੰ ਅਸੀਂ ਕਹਿੰਦੇ ਹਾਂ ਕਾਰਪੋਰੇਟ ਘਰਾਣਿਆਂ ਵੱਲੋਂ, ਉਹਦੇ ਵਾਸਤੇ ਕੀ ਕੀਤਾ ਜਾਵੇ? ਇੱਥੇ ਮੈਂ ਇੱਕ ਵਾਲੀਆ ਸਾਹਿਬ ਇੱਕ ਹੋਰ ਗੱਲ ਕਰਦਾ, ਜਿਹੜਾ ਬਿੱਟੂ ਦੇ ਬਿਆਨ 'ਚ ਮੈਨੂੰ ਇੱਕ ਹੋਰ ਬੈਠੇ ਬੈਠੇ ਨੂੰ ਦਿਮਾਗ 'ਚ ਆਈ ਗੱਲ। ਬਿੱਟੂ ਨੂੰ ਇੱਕ ਪਰਸਨਲ ਥੋੜ੍ਹਾ ਜਿਹਾ ਵੀ ਹੈਗਾ ਕਿ ਉਹਦੇ ਆਲੇ ਦੁਆਲੇ ਜਿਹੜੇ ਦੋ ਕਿਸਾਨ ਲੀਡਰ ਬੈਠੇ ਸੀਗੇ ਉੱਥੇ ਲੁਧਿਆਣੇ ਦੇ ਆਲੇ ਦੁਆਲੇ, ਉਹਨਾਂ ਦੇ ਉਹਨੂੰ ਪਤਾ ਹੈ ਵੀ ਕਿਸੇ ਕਿਸੇ ਦਾ ਇੱਕ ਅੱਧੇ ਦਾ ਸ਼ੈਲਰ ਵੀ ਹੈਗਾ ਸ਼ਾਇਦ, ਇੱਕ ਅੱਧੇ ਦੇ ਕੋਈ ਮਾੜਾ ਮੋਟਾ ਆੜ ਤੂੜ ਤੇ ਦੁਕਾਨ ਵੀ ਹੈਗੀ ਸੀਗੀ। ਉਹ ਮੇਰੇ ਖਿਆਲ 'ਚ ਅਸਲ 'ਚ ਉਹਨਾਂ ਨੂੰ ਹਿੱਟ ਕਰਨਾ ਚਾਹੁੰਦਾ ਸੀਗਾ ਵੀ ਮੇਰਾ ਲੁਧਿਆਣੇ ਦੇ ਆਲੇ ਦੁਆਲੇ ਜਿਹੜੇ ਬੈਠੇ ਨੇ ਕਿਸਾਨ ਯੂਨੀਅਨ ਲੀਡਰ, ਉਹਨਾਂ ਨੂੰ ਕਰਨਾ ਚਾਹੁੰਦਾ ਸੀ। ਬਾਕੀਆਂ ਦਾ ਉਹਨੂੰ ਪਤਾ ਹੀ ਸੀ ਵੀ ਕਿਸੇ ਕੋਲੇ ਕਿੰਨਾ ਕੁਛ ਹੈ ਤੇ ਕਿੰਨਾ ਕੁ ਨਹੀਂ ਹੈਗਾ। ਅਗਲੀ ਗੱਲ ਵਾਲੀਆ ਸਾਹਿਬ, ਜਿਹੜੀ ਮੈਂ ਕਿਸਾਨ ਯੂਨੀਅਨਸ ਨੂੰ ਇੱਥੇ ਜਿਹੜਾ ਸਭ ਤੋਂ, ਕਿਉਂਕਿ ਦੇਖੋ ਗੱਲ ਸਮਝ, ਜੇ ਤੁਸੀਂ ਕਿਸਾਨਾਂ ਨੂੰ ਬਚਾਉਣਾ ਚਾਹੁੰਦੇ ਹੋ, ਜੇ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਮੈਂ ਦੋ ਗੱਲਾਂ ਇੱਥੇ ਬੜੀਆਂ ਕਲੀਅਰ ਕਰ ਦਿਆਂ ਕਿ ਬੀਜੇਪੀ ਦਾ, ਮੈਂ ਪਹਿਲਾਂ ਵੀ ਕਈ ਵਾਰੀ ਇੱਥੇ ਬੋਲਿਆ ਕਿ ਬੀਜੇਪੀ ਦਾ ਇੱਕ ਥਿੰਕ ਟੈਂਕ ਹੈਗਾ, ਜਿਹੜਾ ਥਿੰਕ ਟੈਂਕ ਹਰ ਵਕਤ ਇਹੀ ਗੱਲਾਂ ਸੋਚਦਾ ਰਹਿੰਦਾ ਕਿ ਤੋਂ ਕੀ ਬੁਲਵਾਉਣਾ, ਉਹਦਾ ਰਿਐਕਸ਼ਨ ਕੀ ਆਊਗਾ, ਉਸ ਰਿਐਕਸ਼ਨ ਨੂੰ ਕਿਵੇਂ ਜੱਜ ਕਰਨਾ, ਉਹਨੂੰ ਅੱਗੇ ਜਾ ਕੇ ਫਰੰਟ ਤੇ ਜਾ ਕੇ ਡਿਫੈਂਡ ਕਰਨਾ ਹੈ ਤੇ ਉਹਨੂੰ ਪਿੱਛੇ ਰਹਿ ਕੇ ਉਹਦੀ ਕੰਟਰਾਡਿਕਸ਼ਨ ਕਰਨੀ ਹੈ। ਉਹ ਸਾਰਾ ਕੁਛ ਇੱਕ ਸੋਚੀ ਸਮਝੀ ਇੱਕ ਚਾਲ ਦੇ ਥੱਲੇ ਕੀਤਾ ਜਾਂਦਾ ਹੈ। ਬੜੇ ਲੰਮੇ ਸਮੇਂ ਬਾਅਦ ਕਾਂਗਰਸ ਨੂੰ ਥੋੜੀ ਜਿਹੀ ਸਮਝ ਆਈ ਹੈ, ਕਾਂਗਰਸ ਨੇ ਆਪਦੇ ਥੋੜੇ ਵਾਲੇ ਥਿੰਕ ਟੈਂਕ ਇੱਦਾਂ ਦੇ ਬਣਾਏ ਨੇ, ਉਹ ਲੜਾਈ ਲੜ ਰਹੇ ਨੇ ਜੇ। ਲੇਕਿਨ ਦੂਜੇ ਪਾਸੇ ਅਕਾਲੀ ਦਲ ਨੇ ਤਾਂ ਇਸ ਵਿੱਚ ਬਹੁਤ ਵੱਡਾ ਲੌਸ ਖਾਧਾ ਹੈ, ਅੱਜ ਵੀ ਖਾ ਰਿਹਾ ਅਕਾਲੀ ਦਲ। ਇਹ ਕਿਉਂਕਿ ਅਕਾਲੀ ਦਲ ਨੂੰ ਖਾਸ ਕਰਕੇ ਥਿੰਕ ਟੈਂਕ ਨਹੀਂ ਬਣਾਉਣੇ ਆਉਂਦੇ, ਜਾਂ ਜੇ ਬਣਾਉਂਦੇ ਨੇ ਤਾਂ ਉਹਨਾਂ ਥਿੰਕ ਟੈਂਕਾਂ ਦੇ ਗਾਲੀ ਪੈ ਜਾਂਦੇ ਨੇ, ਇਹ ਉਹਨਾਂ ਨੂੰ ਭਜਾਉਂਦੇ ਨੇ ਇਹ। ਔਰ ਇਸੇ ਕਰਕੇ ਨਾ ਮੈਂ ਜਿਹੜੀ ਇੱਥੇ ਅਸਲ ਗੱਲ ਕਰ ਜਾਂਦਾ ਵੀ ਜਿੱਥੇ ਕਿਸਾਨੀ ਹੈ ਨਾ, ਕਿਸਾਨ ਯੂਨੀਅਨ ਨੂੰ ਆਪਦੇ ਰਿਪ੍ਰੈਜੈਂਟੇਟਿਵ ਦੇ ਇੱਕ ਸੈੱਲ ਬਣਾਉਣਾ ਚਾਹੀਦਾ ਹੈ, ਜਿਹੜਾ ਇੰਟਲੈਕਚੁਅਲ ਲੈਵਲ ਤੇ, ਜਿਹੜਾ ਸਾਡੇ ਜਦੋਂ ਅਸੀਂ ਗੱਲ ਕਰਦੇ ਹਾਂ ਪੋਲੀਟੀਕਲੀ ਗੱਲ ਕਰਦੇ ਹਾਂ ਜਾਂ ਇੰਡੀਆ ਦੇ ਲੈਵਲ ਤੇ ਗੱਲ ਕਰਦੇ ਹਾਂ, ਉਹਦੇ ਵਿੱਚ ਸਾਡੇ ਜਿਹੜੇ ਪੱਖ ਨੇ, ਜਿਹੜੇ ਸਾਡੀ ਖੇਤੀ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ, ਉਹਨਾਂ ਨੂੰ ਅਸੀਂ ਲੋਕਾਂ ਤੱਕ ਪਹੁੰਚਾ ਹੀ ਨਹੀਂ ਸਕਦੇ। ਸੋ ਅਸੀਂ ਲੋਕਾਂ ਤੱਕ ਅੱਜ ਤੱਕ ਇਹ ਨਹੀਂ ਪਹੁੰਚਾ ਸਕੇ ਜਿਹੜਾ ਭੰਡਾਰ ਹੈ। ਤੁਸੀਂ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਬੰਦ ਕਰ ਦੂੰਗਾ ਵਾਲੀਆ ਸਾਹਿਬ, ਵੀ ਪਹਿਲਾਂ ਪੰਜਾਬ 'ਚ ਵੀ ਬਾਕੀ ਸਟੇਟਾਂ 'ਚ ਦਾਲਾਂ ਹੁੰਦੀਆਂ ਸੀਗੀਆਂ, ਦਾਲਾਂ ਬੇਤਹਾਸ਼ਾ ਹੁੰਦੀਆਂ ਸੀ। ਜਦੋਂ ਦਾ WTO ਦਾ ਸਮਝੌਤਾ ਹੋਇਆ, ਇਨ ਕੀ ਹੋ ਰਿਹਾ ਵੀ ਅੱਜ ਅਸੀਂ ਬਾਹਰਲੇ ਮੁਲਕਾਂ ਤੋਂ ਦਾਲਾਂ ਮੰਗਾ ਕੇ ਇੱਥੇ ਪੂਰਾ ਕਰ ਰਹੇ ਹਾਂ, ਕੀ ਗੱਲ? ਜੇ ਅਮਰੀਕਾ ਇਹ ਗੱਲ ਕਹਿ ਸਕਦਾ ਹੈ ਕਿ ਅਸੀਂ ਬੈਨ ਲਾਵਾਂਗੇ ਬਾਹਰਲੇ ਜਿੱਦਾਂ ਟੈਕਸ ਵੱਧ ਲਾਵਾਂਗੇ, ਕੀ ਗੱਲ ਇੰਡੀਆ ਨਹੀਂ ਕਹਿ ਸਕਦਾ? ਇੰਡੀਆ ਵੀ ਕਵੇ ਕਿ ਅਸੀਂ ਬਾਹਰਲੇ ਤੋਂ ਅਸੀਂ ਟੈਕਸ ਲਾਵਾਂਗੇ ਉਹਨਾਂ ਤੇ ਦਾਲਾਂ ਤੇ, ਨਹੀਂ, ਕਿਉਂਕਿ ਉਹਨਾਂ ਤੋਂ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਉੱਥੋਂ ਦੀਆਂ ਆਈਆਂ ਦਾਲਾਂ। ਸੂਰਜਮੁਖੀ ਦੀ ਗੱਲ ਕਰਨਾ ਮੈਂ ਕੱਲੀ, ਮੈਂ ਖੇਤੀ ਵੀ ਕਰਦਾ ਰਿਹਾ, ਸੂਰਜਮੁਖੀ ਜਦੋਂ ਪੰਜਾਬ ਦਾ ਕਿਸਾਨ ਜਾਂ ਕੋਈ ਬੀਜ ਲੈਂਦੇ ਨੇ ਇੱਕਦਮ ਰੇਟ ਥੱਲੇ ਆ ਜਾਂਦੇ ਨੇ, ਹਾਲਾਂਕਿ ਅਸੀਂ ਸੂਰਜਮੁਖੀ ਦਾ ਤੇਲ ਬਾਹਰੋਂ ਐਕਸਪੋਰਟ ਕਰਦੇ ਹਾਂ, ਇੰਪੋਰਟ ਕਰਦੇ ਹਾਂ, ਸੋਰੀ ਮੈਂ ਇੰਪੋਰਟ ਕਰਦੇ ਹਾਂ, ਅਸੀਂ ਬਾਹਰੋਂ ਇੰਪੋਰਟ ਕਰਦੇ ਹਾਂ, ਹੋਰ ਬੜੇ ਤੇਲ ਅਸੀਂ ਇੰਪੋਰਟ ਕਰਦੇ ਹਾਂ ਉੱਥੋਂ, ਉਹਨਾਂ ਦੀ ਭਰਪਾਈ ਅਸੀਂ ਤਿਲਾਂ ਦਾ ਤੇਲ ਹੈ ਹੋਰ ਅਸੀਂ ਇੱਥੋਂ ਕਰ ਸਕਦੇ ਹਾਂ, ਲੇਕਿਨ ਉਹ ਤਾਂ ਹੀ ਹੋਊਗਾ ਜੇ ਬਾਹਰਲੇ ਪਾਸੋਂ ਜਿਹੜਾ ਤੇਲ ਆ ਰਿਹਾ ਉਹਦੇ ਵਾਸਤੇ ਜਿਹੜੀ ਕਿਸਾਨ ਯੂਨੀਅਨ ਹੈ ਨਾ, ਉਹ ਉਦਾਂ ਦੇ ਜਿਹੜੇ ਡਾਟੇ ਇਕੱਠੇ ਕਰਨੇ, ਉਦਾਂ ਦਾ ਜਿਹੜਾ ਉੱਥੇ ਬੋਲਣ ਵਾਸਤੇ ਇੱਕ ਸੈੱਲ ਬਣਾਉਣਾ, ਇਹਦਾ ਦਿੱਲੀ ਤੱਕ, ਦਿੱਲੀ 'ਚ ਅੱਜ ਤੱਕ ਸਾਰੀਆਂ ਕਿਸਾਨ ਯੂਨੀਅਨ ਇੰਡੀਆ ਦੀਆਂ ਦਿੱਲੀ 'ਚ ਆਪਦਾ ਕੋਈ ਆਫਿਸ ਨਹੀਂ ਬਣਾ ਸਕੀਆਂ ਜਿਹਦੇ 'ਚ ਉੱਥੇ ਚੰਗੇ ਚੰਗੇ ਇੰਟਲੈਕਚੁਅਲਸ ਬੈਠੇ ਹੋਣ,
ਜਿਹੜੇ ਉਹਨਾਂ ਦੀ ਹਰ ਗੱਲ ਜਿਹੜੀ ਗੱਲ ਦਾ ਤੁਸੀਂ ਅੱਜ ਕਹਿੰਦੇ ਕਿਸਾਨ ਯੂਨੀਅਨ ਕਿਉਂ ਨੀ ਜਵਾਬ ਦਿੰਦੇ ਜਾਂ ਦੂਜੇ ਜਵਾਬ ਕਿਉਂ ਨੀ ਦਿੰਦੇ, ਉਹ ਜਵਾਬ ਤਾਂ ਹੀ ਦਿੱਤਾ ਜਾ ਸਕਦਾ ਜੇ ਇਹਨਾਂ ਕੋਲੇ ਵੀ ਓਦਾਂ ਦੀਆਂ ਟੀਮਾਂ ਹੋਣਗੀਆਂ। ਇਹਨਾਂ ਦਾ ਵੀ ਉਹੀ ਹਾਲ ਹੈ, ਨਿੱਕੇ ਨਿੱਕੇ ਮੁੱਦਿਆਂ ਨੂੰ ਲੈ ਕੇ ਲੜਦੇ ਨੇ, ਇੱਕ ਦੂਜੇ ਨਾਲ ਉਹ ਕਰਦੇ ਨੇ, ਇੱਕਦਮ ਉਰੂ 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 ਇਹ ਉਰੂ ਉਰੂ ਬਹੁਤ ਕਰਦੇ ਨੇ, ਲੇਕਿਨ ਅਸਲੀ ਲੜਾਈ ਇਹਨਾਂ ਨੂੰ ਲੜਨੀ ਹਾਲੇ ਤੱਕ ਨਹੀਂ ਸਿੱਖੀ। ਸਿੱਧੂ ਸਾਹਿਬ ਇਸ ਤਰ੍ਹਾਂ ਦੀ ਗੱਲ ਮੈਨੂੰ ਨਹੀਂ ਲੱਗਦੀ। ਮੈਂ ਸਮਝਦਾ ਕਿ ਕਿਸਾਨਾਂ ਨੇ ਜਿਹੜਾ ਦਿੱਲੀ ਅੰਦੋਲਨ ਲੜਿਆ ਉਹਦੇ ਚ ਪਹਿਲੀ ਵਾਰ ਦੇਖਣ ਨੂੰ ਮਿਲਿਆ। ਅਕਾਲੀਆਂ ਬਾਰੇ ਹੁੰਦਾ ਸੀ ਲੜਾਈ ਬਹੁਤ ਵਧੀਆ ਲੜਦੇ ਨੇ, ਲੇਕਿਨ ਟੇਬਲ ਟਾਪ ਤੇ ਜਾ ਕੇ ਫੇਲ ਹੋ ਜਾਂਦੇ ਨੇ, ਇਹ ਅਕਸਰ ਗੱਲ ਹੁੰਦੀ ਸੀ। ਲੇਕਿਨ ਇਸ ਵਾਰ ਕਿਸਾਨਾਂ ਨੇ ਜਿਸ ਤਰੀਕੇ ਨਾਲ ਟੇਬਲ ਤੇ ਜਾ ਕੇ ਆਰਗੂਮੈਂਟ ਕੀਤਾ ਨਾ, ਉਹ ਲਾਜਵਾਬ ਹੈ। ਕਿਸੇ ਵੀ ਮੰਤਰੀ ਕੋਲ, ਕਿਸੇ ਸੈਕਟਰੀ ਕੋਲ ਉਹਨਾਂ ਦਾ ਜਵਾਬ ਨਹੀਂ ਹੁੰਦਾ ਸੀ, ਇਹ ਗੱਲ ਮੰਨਣੀ ਪਊਗੀ। ਹਾਂ, ਉਸ ਤੋਂ ਬਾਅਦ ਜੋ ਦੋ ਫਾੜ, ਚਾਰ ਫਾੜ, ਪੰਜ ਜਿੰਨੀਆਂ ਫਾੜੀਆਂ ਬਣ ਗਈਆਂ ਵੱਖਰੀ ਗੱਲ ਹੈ, ਲੇਕਿਨ ਇਹ ਜ਼ਰੂਰ ਕਿਹਾ ਜਾਊਗਾ ਕਿ ਕਿਸਾਨ ਪੂਰੀ ਤਿਆਰੀ ਚ ਲੜਾਈ ਉਦੋਂ ਲੜੀ ਤੇ ਹੁਣ ਜਿਹੜੇ ਨਵੇਂ ਉਸ ਤੋਂ ਬਾਅਦ ਇਹ ਕਹਿ ਦੇਣਾ ਜੀ ਕਿਹੜੇ ਕੱਢੇ ਜਾਂ ਬਦਲਾ ਖੋਲੀ ਜੇ ਸਾਰਾ ਕੁਛ ਹੈ, ਉਹਦੇ ਲਈ ਵੀ ਤਾਂ ਏਕਤਾ ਜ਼ਰੂਰੀ ਹੈ। ਪਰ ਇੱਥੇ ਮੈਂ ਜੇ ਅੱਜ ਦਾ ਪ੍ਰੋਗਰਾਮ ਇਸ ਗੱਲ ਨੂੰ ਸਮਾਪਤ ਕਰਾਂ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਇੱਕ ਰਣਨੀਤੀ ਹੈ ਜੋ ਰਵਨੀਤ ਬਿੱਟੂ ਬਿਆਨਬਾਜ਼ੀ ਕਰ ਰਿਹਾ ਹੈ, ਇਹ ਗੱਲ ਹੈ। ਇਹ ਤੇ ਡਿਬੇਟ ਚੱਲ ਵੀ ਚਾਹੀਦੀ ਹੈ, ਸੱਥਾ ਚ ਵੀ ਗੱਲ ਹੋਣੀ ਚਾਹੀਦੀ ਹੈ, ਪਤਾ ਵੀ ਲੱਗੇ ਕਿ ਕਿਸ ਤਰ੍ਹਾਂ ਕਿਸਾਨ ਨੂੰ ਕਿਸਾਨ ਨਾਲ ਲੜਾ ਰਹੇ ਨੇ, ਜਿਵੇਂ ਹਰਿਆਣਾ ਚ ਕੀਤਾ ਹੈ ਉਵੇਂ ਪੰਜਾਬ ਚ ਵੀ ਹੋਣ ਜਾ ਰਿਹਾ ਹੈ। ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਖੈਰ, ਮੈਂ ਧੰਨਵਾਦ ਕਰਾਂ ਪ੍ਰਭਜੀਤ ਪਾਲ ਸਿੰਘ ਜੀ, ਸਤਪਾਲ ਸਿੰਘ ਸਿੱਧੂ ਸਾਹਿਬ, ਲਵਿੰਦਰ ਬਰਾੜ, ਜਗਮੀਤ ਸਿੰਘ ਢਿੱਲੋਂ ਸਾਹਿਬ, ਦਰਬਾਰ ਸਿੰਘ ਬਿਰਚ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਏ ਤੇ ਆਪਣੀ ਗੱਲ ਸਾਡੇ ਦਰਸ਼ਕਾਂ ਸਾਹਮਣੇ ਰੱਖੀ, ਔਰ ਪਿਆਰੇ ਦਰਸ਼ਕੋ ਤੁਹਾਡਾ ਵੀ ਧੰਨਵਾਦ। ਮਿਲਦੇ ਹਾਂ ਕੱਲ੍ਹ ਸਵੇਰੇ 8:40 ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋਅ ਵਿੱਚ। ਬਹੁਤ ਬਹੁਤ ਸ਼ੁਕਰੀਆ। For all your immigration family law needs, call or scan QR code to contact us. Rodis Inc. Million Miles with Smile or scan QR code to contact us. Flankbird Truck Repair, trust we build in truck repair or scan QR code to contact us. The Masala Twist Oxnard Fine Authentic Indian Cuisine or scan QR code to contact us. Pizza Twist, taste with twist, order today, call or visit website or scan QR code to contact us. New India Market or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Bila Market, scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza, scan this QR code to contact us. Appa Kadahi made and served with love. Scan this QR code to contact us. Krishan Kumar Covered California Certified Agency Manager who can help you, your family and your small business with health insurance. Call at 1-877-830-3270 or scan QR code to call or text.